140 रुपये किलो। ये जोधपुर वाली आ गई 140। आ जाओ आ जाओ, राजस्थान की मिठी मूंगफली 140 रुपये किलो। आ जाओ आ जाओ आ जाओ, 140 रुपये किलो। ले जाओ चाहे पाइया चाहे किलो 140। ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਜਾਣੀ ਕਿ ਰਫਤਾਰ ਸਿੰਘਲ ਵੱਲੋਂ ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਮੈਂ ਪਹੁੰਚਿਆ ਹੋਇਆ ਜੀ ਲੁਧਿਆਣੇ ਜ਼ਿਲ੍ਹੇ ਦਾ ਕਸਬਾ ਮਲੌਦ, ਰਾੜਾ ਸਾਹਿਬ ਦੇ ਬਿਲਕੁਲ ਨੇੜੇ ਆ ਜੀ। ਜਦੋਂ ਆਪਾਂ ਲੁਧਿਆਣੇ ਤੋਂ ਚੱਲਦੇ ਹਾਂ, ਲੁਧਿਆਣੇ ਤੋਂ ਮਰੇਰਕੋਟਲਾ ਜਿਹੜੀ ਰੋਡ ਆ ਉੱਥੋਂ ਆਪਾਂ ਕੁੱਪ ਕਲਾਂ ਤੋਂ ਮੁੜ ਕੇ 6 ਕਿਲੋਮੀਟਰ ਪੈਂਦਾ ਮੇਰਾ ਪਿੰਡ ਲਸਾੜਾ, ਲਸਾੜੇ ਤੋਂ ਇਹ 6 ਕਿਲੋਮੀਟਰ ਪੈਂਦਾ ਮਲੌਦ, ਬੜਾ ਸੋਹਣਾ ਕਸਬਾ ਜੀ। ਇੱਥੇ ਹੀ ਮੈਂ ਪੜ੍ਹਿਆ ਵਾਂ, ਇੱਥੇ ਹੀ ਜਵਾਨੀ ਮਾਣੀ ਆ, ਇੱਥੇ ਹੀ ਬਚਪਨ ਹੰਢਾਇਆ ਅਤੇ ਇੱਥੇ ਹੀ ਦਿਵਾਲੀ ਵਾਲੇ ਪਟਾਕੇ ਵੀ ਇੱਥੋਂ ਹੀ ਲੈ ਕੇ ਜਾਂਦੇ ਹੁੰਦੇ ਸੀਗੇ ਅਤੇ ਜਿੰਨੇ ਵੀ ਖਰੀਦੋ ਫਰੋਖਤ ਕੀਤੀ ਆ ਉਹ ਇੱਥੋਂ ਹੀ ਕੀਤੀ ਆ। ਸੋ ਬੜੀਆਂ ਸਾਰੀਆਂ ਯਾਦਾਂ ਜਿਹੜੀਆਂ ਮਲੌਦ ਦੇ ਨਾਲ ਮੇਰੀਆਂ ਜੁੜੀਆਂ ਹੋਈਆਂ ਨੇ ਜੀ। ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਪੰਜਾਬੀਆਂ ਦੇ ਬਦਾਮ ਮੂੰਗਫਲੀ। ਸੋ ਆਹ ਦੇਖ ਕੇ ਬੜਿਆਂ ਦਾ ਕਹਿੰਦੇ ਨੇ ਮੂੰਹ 'ਚ ਪਾਣੀ ਆ ਗਿਆ ਹੋਣਾ, ਕਿਉਂਕਿ ਮੂੰਗਫਲੀ ਉੱਥੋਂ ਵੀ ਮਿਲ ਜਾਂਦੀ ਆ ਪਰ ਆਹ ਜਿਹੜਾ ਟੇਸਟ ਇੱਥੋਂ ਵਾਲਾ ਇਹ ਨਹੀਂ ਮਿਲਦੀ, ਕਿਉਂਕਿ ਲੋਹੜੀ ਕਰਕੇ ਦੁਕਾਨਾਂ ਪੂਰੀਆਂ ਸਜੀਆਂ ਹੋਈਆਂ ਨੇ, ਖਾਣ ਪੀਣ ਦਾ ਬੜਾ ਪ੍ਰਬੰਧ ਆ, ਹੋਰ ਬੱਚਿਆਂ ਦੀਆਂ ਕੀ ਸਿਆਣਿਆਂ ਦੀਆਂ ਵੀ ਸਾਰਿਆਂ ਦੀਆਂ ਆਈਟਮਾਂ ਇੱਥੇ ਖਾਣ ਪੀਣ ਨੂੰ ਹੈਗੀਆਂ ਨੇ, ਖਾਸ ਕਰਕੇ ਮੂੰਗਫਲੀ ਹੈਗੀ ਆ। ਅਤੇ ਇੱਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਸਕਦਾ ਜੀ, ਇੱਧਰਲੇ ਪਾਸੇ ਬਾਈ ਹੋਣਾਂ ਨੇ ਲਾਈ ਹੋਈ ਆ ਪੱਠੀ ਅਤੇ ਨਾਲ ਦੀ ਨਾਲ ਜਿੰਨੀ ਕੁ ਤੁਸੀਂ ਮੂੰਗਫਲੀ ਲੈਣੀ ਆ, ਜ਼ਿਆਦਾ ਲੈਣੀ ਤਾਂ ਤੁਸੀਂ ਨਾਲ ਦੀ ਨਾਲ ਹੀ ਇੱਥੋਂ ਭੁੰਨ ਦਿੰਦੇ ਨੇ ਅਤੇ ਨਾਲ ਦੀ ਨਾਲ ਹੀ ਭੁੰਨ ਕੇ ਮੂੰਗਫਲੀ ਤੁਹਾਨੂੰ ਦੇ ਦਿੰਦੇ ਨੇ। ਸੋ ਬਾਈ ਹੋਣਾਂ ਦੀ ਦੁਕਾਨ ਆ ਜੀ, ਉਹਨਾਂ ਬਾਈ ਹੋਣਾਂ ਨਾਲ ਆਪਾਂ ਗੱਲਬਾਤ ਕਰਾਂਗੇ। ਆ ਜਾਓ ਵੀਰੇ, ਕੀ ਹਾਲ ਚਾਲ ਨੇ ਤੁਹਾਡੇ, ਆ ਜਾਓ ਇੱਧਰਲੇ ਪਾਸੇ। ਸੋ ਗਰਮ ਗਰਮ ਰੇਤਾ ਪਾਇਆ, ਵਿੱਚ ਥੋੜ੍ਹਾ ਜਿਹਾ ਲੂਣ ਵੀ ਪਾਇਆ ਹੋਇਆ। ਇਹ ਇਕੱਲੇ ਨੂੰ ਕੀ ਹਾਲ ਚਾਲ ਨੇ ਮੇਰੇ ਭਰਾ ਦੇ? ਵਧੀਆ ਬਾਈ। ਅਤੇ ਕੀ ਨਾਂ ਕੀ ਆ ਬਈ ਤੁਹਾਡਾ ਆਪਣਾ? ਮੇਰਾ ਮੁਹੰਮਦ ਸ਼ਾਹਵੇਜ਼ ਆ ਬਾਈ। ਮੁਹੰਮਦ ਸ਼ਾਹਵੇਜ਼, ਕਿਹੜੀ ਜਗ੍ਹਾ ਤੋਂ ਤੁਸੀਂ? ਅਮਲੌਦ ਤੋਂ ਬਾਈ। ਕਿੰਨਾ ਕੁ ਚਿਰ ਹੋ ਗਿਆ ਮੇਰੇ ਭਰਾ ਨੂੰ ਰੇੜੀ ਇੱਥੇ ਆ ਦੁਕਾਨ ਲਾਉਂਦੇ ਨੂੰ? 15 ਸਾਲ ਹੋ ਗਏ। 15 ਸਾਲ, 15 ਸਾਲ ਤੋਂ ਇੱਥੇ ਹੀ? ਕਿਆ ਬਾਤ ਆ ਜਨਾਬ, ਕਿਵੇਂ ਚੱਲਦੀ ਆ ਦੁਕਾਨਦਾਰੀ? ਵਧੀਆ ਚੱਲਦਾ? ਹਾਂ ਫਿਲਹਾਲ ਤਾਂ ਠੀਕ ਚੱਲ ਰਿਹਾ, ਬਾਕੀ ਲੋਹੜੀ ਦਾ ਵੇਟ ਕਰ ਰਹੇ ਹਾਂ, ਲੋਹੜੀ ਕਦੋਂ ਆਊਗੀ। ਹਾਂ ਲੋਹੜੀ ਦੁਕਾਨਦਾਰ ਜਿਹੜੀ ਸੇਲ ਵੱਧ ਜਾਂਦੀ ਆ ਉਦੋਂ ਵੱਧ ਜਾਂਦੀ ਆ, ਜਾ ਕੇ ਜਨਵਰੀ ਦੇ ਮਹੀਨਾ ਸਾਰਾ ਮੇਰੇ ਖਿਆਲ ਪੂਰਾ ਸੇਲ ਹੁੰਦੀ ਹੋਣੀ ਆ ਨਾ? ਠੰਡ ਤੇ ਡਿਪੈਂਡ ਕਰਦਾ ਵੀ ਠੰਡ ਕਿੰਨੀ ਪੈ ਰਹੀ ਆ। ਤੇ ਫਿਰ ਇਦੋਂ ਬਾਅਦ ਜਿੰਨਾ ਟਾਈਮ ਆਹ ਚੱਲਦਾ ਸੀਜ਼ਨ ਇਹਦਾ, ਫਿਰ ਉਹ ਤੋਂ ਬਾਅਦ ਕੋਈ ਹੋਰ ਲਾਉਂਦੇ ਆ ਜਾਂ ਬਸ ਉਸ ਤੋਂ ਬਾਅਦ? ਨਿੰਬੂ ਪਾਣੀ ਤੇ ਗੰਨੇ ਕੰਮ? ਨਿੰਬੂ ਉਹ ਵੀ ਇੱਥੇ ਜਮਾ ਇਸੇ ਜਗ੍ਹਾ ਤੇ ਬਈ, ਇਹਦਾ ਵੀ ਕੋਈ ਕਿਰਾਇਆ ਹੈਗਾ? ਨਹੀਂ ਕਿਰਾਇਆ ਕੋਈ ਨਹੀਂ ਹੈਗਾ। ਇੱਥੇ ਕੋਈ ਕਿਰਾਇਆ ਨਹੀਂ? ਨਹੀਂ ਕੋਈ ਕਿਰਾਇਆ ਨਹੀਂ। ਜਿਹੜਾ ਮਰਜ਼ੀ ਲਾਵੇ ਤੇ ਮੈਂ ਵੀ ਲਾ ਸਕਦਾ? ਹਾਂ ਲਾ ਸਕਦਾ। ਕਿਆ ਬਾਤ ਆ, ਵਧੀਆ ਗੱਲ ਦੱਸੀ ਹੁਣ ਤੱਕ ਤਾਂ ਮੈਂ ਅਲਜੇ ਫਿਰਦਾ ਸੀਗਾ। ਤੇ ਬਈ ਕੀ ਰੇਟ ਕੀ ਆ ਮੂੰਗਫਲੀ ਜਿਹੜੀ ਆ? ਮੂੰਗਫਲੀ ਬਾਈ 140 ਰੁਪਏ ਕਿਲੋ ਚੱਲਦੀ ਆ, ਮਤਲਬ 140 ਰੁਪਏ ਕਿਲੋ। ਟਾਈਮ ਦੇ ਹਿਸਾਬ ਨਾਲ ਪਹਿਲਾਂ ਸਸਤੀ ਸੀ, ਹੁਣ ਮਹਿੰਗੀ ਮਿਲ ਰਹੀ ਆ, ਪਿੱਛੋਂ ਸਾਨੂੰ ਕਾਫੀ ਮਹਿੰਗੀ ਆ ਜੇ GST ਵਗੈਰਾ ਲੱਗ ਚੁੱਕਿਆ। ਹਾਂ ਉਸ ਕਰਕੇ। ਅੱਛਾ, GST ਲੱਗ ਜਾਂਦੀ? ਹਾਂ, ਤੇ ਸਾਨੂੰ ਮਹਿੰਗੀ ਪੈਂਦੀ, ਪਰ ਇਸ ਕੱਕ ਨੂੰ ਵੀ ਬਹੁਤ ਦਿੱਕਤ ਆਉਂਦੀ ਆ ਮਹਿੰਗੀ ਕਰਕੇ। ਬਈ ਜਿਵੇਂ ਹੁਣ ਆ ਮੂੰਗਫਲੀ ਪਈ ਆ ਤੁਹਾਡੇ ਕੋਲ, ਇਹਦੇ ਵੀ ਕਈ ਤਰ੍ਹਾਂ ਦੀ ਹੁੰਦੀ, ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਆ, ਜਾਂ ਕਿਹੜੀ ਕੋਈ ਵਧੀਆ ਘਟੀਆ? ਕਿਉਂਕਿ ਕਈ ਜਗ੍ਹਾ ਖਾਂਦੇ ਆ ਉਹ ਐਵੇਂ ਜਿਹੇ ਹੁੰਦੇ, ਤੁਹਾਡੇ ਕੋਲ ਮੈਂ ਕੱਚੀ ਖਾਧੀ ਆ ਹਨਾ, ਤੇ ਅਜੇ ਭੁੰਨੀ ਨਹੀਂ ਸੀ ਤੁਸੀਂ, ਉਹ ਬੜੀ ਸਵਾਦ ਮਿੱਠੀ ਪਈ ਆ ਬਹੁਤ। ਨਹੀਂ ਇਹ ਜਿਹੜੀ ਮੇਰੇ ਕੋਲ ਮੂੰਗਫਲੀ ਆ, ਮੈਂ ਜਿਹੜੀ ਇਹ ਮੂੰਗਫਲੀ ਆ ਹਾਈਬ੍ਰਿਡ ਆ, ਇਹਦਾ ਗਿਰੂ ਠੀਕ ਹੁੰਦਾ, ਪਰ ਇੱਕ ਮੇਰੇ ਕੋਲ ਦੇਸੀ ਮੂੰਗਫਲੀ ਆ, ਮਿਠਾਸ ਵੱਧ ਹੁੰਦੀ ਆ। ਅੱਛਾ, ਉਹ ਛੋਟਾ ਗਿਰੂ ਰੋਗ ਆ, ਇੱਕੜਾ ਛੋਟਾ ਰੈਂਕ ਜੁੜਿਆ ਜਾਂ ਛੋਟਾ ਜਿਹਾ ਹੁੰਦਾ, ਬੜੇ ਸਵਾਦ ਹੁੰਦੇ ਆ ਉਹ ਮਿੱਠੀ ਮੂੰਗਫਲੀ, ਉਹ ਦੇਸੀ ਹੁੰਦੀ ਆ ਬਾਈ। ਹਾਂ, ਇੱਕ ਗੋਲਡਨ ਹੁੰਦੀ ਆ। ਅੱਛਾ, ਇੱਕ ਗੋਲਡਨ ਹੁੰਦੀ ਆ ਤੇ ਇਹਦੇ ਵਿੱਚ ਭੁੰਨਦੇ ਹੋ ਬਾਈ? ਹਾਂ, ਇਹ ਲੂਣ ਆ ਜਨਾਬ, ਇਹਦੇ 'ਚ ਇਕੱਲਾ ਲੂਣ ਆ? ਇਹ ਇਕੱਲਾ ਲੂਣ ਆ। ਆ ਸਾਰਾ ਇਕੱਲਾ ਲੂਣ ਹੀ? ਸਾਰਾ ਇਕੱਲਾ ਲੂਣ ਆ, ਮੈਂ ਰੇਤਾ ਨਹੀਂ ਪਾਉਂਦਾ ਇਹਦੇ 'ਚ। ਅੱਛਾ, ਤੇ ਟੇਸਟ ਵੀ ਤਾਂ ਹੀ ਵਧੀਆ ਬਣਦਾ? ਹਾਂ, ਤਾਂ ਹੀ ਤਾਂ ਕੰਮ ਚੱਲਦਾ ਵਧੀਆ, ਲੂਣ ਵਾਲੇ ਮੂੰਗਫਲੀ ਕਰਕੇ, ਲੂਣ ਵਾਲੀ ਕਰਕੇ। ਤੇ ਆ ਜਾ ਮੇਰਾ ਭਰਾ, ਆਹ ਆਹ ਕੀ ਆ? ਇਹ ਚਲਾਈ ਦੇ ਲੱਡੂ ਨੇ ਬਾਈ। ਚਲਾਈ ਦੇ ਲੱਡੂ? ਮੇਰੇ ਕੋਲ ਇਹ ਤਾਂ ਬਹੁਤ ਪੁਰਾਣੀ ਆਈਟਮ ਆ, ਇਹ ਬੱਚੇ ਤੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਸੰਦ ਆਉਂਦੇ ਨੇ, ਕਾਫੀ ਬਚਪਨ ਦੀ ਆਈਟਮ ਆ। ਸਾਰੇ ਖਾਂਦੇ ਹੋ ਵੀ, ਸਿਹਤ ਲਈ ਵਧੀਆ ਚੀਜ਼ ਹੁੰਦੀ ਹੈ, ਮਿੱਠੇ ਹੁੰਦੇ। ਤੇ ਹੋਰ ਕੀ ਆਪਣੇ ਕੋਲ, ਹੋਰ ਕਿਹੜੀ ਚੀਜ਼? ਇਹ ਤਾਂ ਤੁਹਾਨੂੰ ਜਾਣਦੇ ਆ ਮਰੂੰਡਾ, ਆਪਣੇ ਬਚਪਨ ਤੋਂ ਪਖਾਂਦੇ ਆਇਆ। ਆਹ ਮਰੂੰਡਾ ਬੱਸਾਂ ਦੇ ਵਿੱਚ ਵੀ, ਆਹ ਮਰੂੰਡਾ ਦੇਖ ਸਕਦੇ ਤੁਸੀਂ ਬੱਸਾਂ ਦੇ ਵਿੱਚ ਵੀ ਮਿਲਦਾ ਹੁੰਦਾ ਸੀਗਾ, ਤੇ ਬਾਈ ਹੁਣਾਂ ਕੋਲੇ ਬੜਾ ਵਧੀਆ ਸਾਈਜ਼ ਤੋਂ ਪਿਆ ਸੇਬ, ਜਿਹੜੇ ਥੋੜਾ ਚੇਂਜ ਹੋ ਗਿਆ, ਪਹਿਲਾਂ ਗੋਲ ਆਉਂਦੇ ਸੀ, ਹੁਣ ਇੱਕਣ ਬਣਾ ਦਿੱਤੇ ਇਹਨਾਂ ਨੇ। ਬਸ ਇਹ ਖਿੱਲਿਆ ਤਾਂ ਤੁਸੀਂ ਖਾਂਦੇ ਹੀ ਹੋ? ਉਹ ਤਾਂ ਖਾਂਦੇ ਹੀ ਰਹਿੰਦੇ ਆ। ਤੇ ਆਹ ਆਹ ਕੀ ਚੀਜ਼ ਆ? ਆਹ ਇਹ ਗੱਚਕਾਂ ਨੇ ਬਾਈ। ਇਹ ਗੱਚਕਾਂ? ਇਹ ਕਿਹੜੀ ਗੱਚਕਾਂ? ਵਿੱਚ ਗੋੜ ਵਾਲੀਆਂ ਨੇ ਤੇ ਤਿਲਾਂ ਵਾਲੀਆਂ ਨੇ? ਤਿਲਾਂ ਵਾਲੀਆਂ। ਤੇ ਆਹ ਛੋਟੀ ਜਿਹੜੀ ਆ, ਆਹ ਛੋਟੀ ਆ ਥੋੜੀ ਜਿਹੀ ਨਾ? ਹਾਂਜੀ। ਇਹਦਾ ਕੀ, ਇਹ ਕਿੰਨੇ ਕੁ ਦੀ ਪੈ ਜਾਂਦੀ ਆਹ? ਇਹ ਭਾਈ ਸਾਨੂੰ 80 ਰੁਪਏ ਦੀ ਆਉਂਦੀ ਆ, 100 ਰੁਪਏ ਦੀ ਵਿਕ ਜਾਂਦੀ ਆ। 100 ਰੁਪਏ ਦੀ ਵਿਕ ਜਾਂਦੀ? 20 ਰੁਪਏ ਦੀ ਕਮਾਈ ਹੈਗੀ ਇਹ ਚੋਂ। ਅੱਛਾ ਅੱਛਾ ਅੱਛਾ। ਤੇ ਉਹ ਇੱਕ ਪੀਸ ਲੈਣਾ ਹੋਵੇ ਕਿੰਨੇ ਦਾ? 5 ਰੁਪਏ ਦਾ। ਇੱਕ ਪੀਸ 5 ਰੁਪਏ? ਅੱਛਾ, ਇਹ ਕੋਈ ਗੁੜ ਪੀਸ ਹੁੰਦੇ ਨੇ ਇਹ ਚ? ਹਾਂ। ਤੇ ਬਈ ਕਿਵੇਂ ਵਧੀਆ ਚੱਲੀ ਜਾਂਦੀ ਆ ਜ਼ਿੰਦਗੀ? ਵਧੀਆ ਚੱਲੀ ਜਾਂਦਾ ਜਾਂ ਕਿਵੇਂ ਆ? ਠੰਡ ਤੇ ਡਿਪੈਂਡ, ਹੁਣ ਵੇਟ ਕਰ ਰਹੇ ਆ, ਠੰਡ ਪਊਗੀ ਤਾਂ ਸਾਡਾ ਕੰਮ ਚੱਲੂਗਾ। ਹਾਂ, ਠੰਡ ਕਰਕੇ ਸਾਰਿਆਂ ਕੰਮ ਥੋੜਾ ਹਲਕਾ ਹਲੇ। ਬਈ ਆਧਾਰ ਸਧਾਰ ਵੀ ਚੱਲਦਾ ਬਹੁਤ, ਕਮਾਣਾ ਮੋਟਾ ਹੀ ਇੰਨਾ ਨਹੀਂ ਹੈਗਾ? ਨਹੀਂ, ਜਿਹੜੇ ਜਾਂ ਜਾਣ ਪਛਾਣ ਹੋ ਗਈ ਆ, ਫਿਰ ਉਹਨਾਂ ਦਾ ਆਧਾਰ ਕਰਨਾ ਹੀ ਪੈਂਦਾ, ਕਿਉਂਕਿ ਅਗਲਾ ਰੋਜ਼ ਮੂੰਹ ਮੱਥਾ ਲੱਗਣਾ ਪੈਂਦਾ। ਹੁਣ ਦੇ ਜਾਂਦੇ ਪੈਸੇ, ਕਿ ਕਈ ਮੇਰੇ ਵਰਗੇ ਰਾਹ ਵੀ ਛੱਡ ਜਾਂਦੇ ਵੀ ਬੱਸ ਹੁਣ ਕਿਹੜਾ ਜਾਊਗਾ?
20 रुपये की मूंगफली पाओ आओ कहना भाजपा 20 रुपये की मूंगफली भी करते हैं कोई नहीं चलना तो मेरा भरा अच्छा आह मूंगफली है जी है ना ये 20 रुपये की पानी है बई हाँ जी हाँ 20 रुपये की 20 की कितनी आऊगी आई आइए80 रुपये ने ताया जी आ जा मेरा भरा होर हूँ इधरले पासे ने ते बई आ की चीज़ है ये भी बड़ी घेंट चीज़ है कोई है हाँ भाई ये मुरमुरे होंगे मुरमुरे भाई मक्की के कहने मक्की के बनते हैं भाई तुम भुन दे कि तुम इतना लेके आना नहीं मैं लेके आना भुन भी सकता पर मैं लेके ज्यादा आना भी लेके ज्यादा हाँ तो उधर पिछले पास मटर पे ने ना इधर मटर होंगे ने मसाले आप पकौड़ी पे इधरले पास नमकीन होंगे ने चिप्स बच्चे वाले जो आम होंगे ने लेज भाई जे आप रफली जी गल करिए सोहनी इनकम है वधिया पैसे बन जाते हैं ठीक है क्योंकि महंगाई बड़ी है भाई अज्ज टाइम दे विच सरवाइव करना तुहानू पता बड़ा औखा है हुण मैं दसां भाई पहला साल पहले तो पिछले साल नालों 20 मतलब परसेंट ज्यादा महंगा हो चुका है समान जिहड़ा समान सानू 120 रुपए किलो मिल जाता है अज्ज सानू सीधा 150 रुपए किलो पै रहा है 30 रुपए बस बच चुके ने क्योंकि महंगाई है तेल महंगे ने काफी इस करके मूंगफली महंगी है फिर गुड़ महंगा 10-20 रुपए ज्यादा ऐड हो चुके ने पहले नालों ते सानू ओए फिर 10-20 रुपए और गाल नू फिर मैं ओ महंगा लाउणा पैंदा महंगा लाणा पै रहा क्योंकि कई बार तुसीं तां चलो महंगा तुसीं तां उहनां नू जिथों लै कह नहीं सकते महंगा कहते लाने हूँ इतने गाह का कहना तू महंगा करी जाना यार महंगा बेची जाना कॉम्पीटिशन भी बहुत आ भी एक रेहड़ी तो होर रेट दूजे होर रेट हैगी है चीज़ तो बहुत घट आ नहीं जस दरअसल गल तो सर टेस्ट ही है जो आप चीज़ वधिया दोगे तो एक नंबर चीज़ दोगे गाहक अपने आप आऊगा चाहे दुकान जिन्नी मर्जी होने पर थोड़ी क्वालिटी वधिया होनी चाहिए बस हाँ मेरे ख्याल होर भी कोई होर भी लेना जी कुछ अच्छा अच्छा की चीज़ लेना बई अच्छा ठीक है भाई ने मेरे ख्याल पैसे खुले चाहिए होने इन्होंने अच्छा 20 रुपये चेंज कर रहे हैं ठीक है जी इतने भी आ बी आ जाओ मेरा भरा करंसी जी इतों की बनी इतों के नोट ने ना जो मेरा भरा एक बार जब 10-10, 20-20 रुपये भी आप थोड़े जे दिखा दिए कई नहीं ना करंसी ये चीज़ देखी नहीं करंसी उतों वाले ने परिवार ने मैं कला नोट दिखा दवा एक बार भी भाई देख लो आ कि कि नोट जोड़े आ तो यह बड़ी छेती नोट फट जाते जिम्मे हम तुम 20 रुपये ने आ देखो ये 20 रुपये ने बड़ी छेती आ नोट ये फट जाते हैं बड़े हल्के जे तो बड़े निके जे कोई एक रंग जहा लाया पाया नोटा पता नहीं किदा के नोट बनाते कि सोहने सोहने नोट होंगे सके आ देखो तुम आ 100 का जमें निका जहा तो यह नवी करंसी है सारी कई परिवार नहीं आए जे कनेडा तो अमेरिका तो नहीं उन्होंने देखा सो करंसी देख सकते जी तुम किदा की करंसी है बड़े हल्के नोट ने माड़ा जहाँ पानी लग गया जहाँ माड़ा जहाँ कितने पिछ धोता गया खत्म ने नोट बड़े छोटे नोट ने इंडिया वैसे बड़े पुराने नोट चलते हैं ਬਈ ਜੇ ਕੋਈ ਫਟਿਆ ਪੁਰਾਣਾ ਮਿਲ ਜਾਂਦਾ ਤਾਂ ਚੱਲ ਜਾਂਦੇ ਆ ਉਹ ਲੈਣਾ ਪੈਂਦਾ ਵੀ ਗਾਹਕ ਤੋਂ ਪਰ ਤੁਹਾਨੂੰ ਇਹ ਪਤਾ ਵੀ ਚੱਲ ਜਾਂਦੇ ਨੇ ਉਰੇ ਹਾਂ ਐਡਜਸਟ ਕਰ ਲਈਦਾ ਬਸ ਤੇ ਬਈ ਆਹ ਆ ਆ ਕੀ ਚੀਜ਼ ਆ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਇਹ ਤੁਹਾਨੂੰ ਪਤਾ ਇੰਡੀਆ ਵਿੱਚ ਆਨਲਾਈਨ ਸਿਸਟਮ ਚੱਲਦਾ ਵਾ ਫਿਰ ਇਹ ਪੇਟੀਐਮ ਵਗੈਰਾ ਇਹ ਤਾਂ ਸਾਰੇ ਜਾਣਦੇ ਨੇ ਇੰਡੀਆ ਦੇ ਵਿੱਚ ਭਾਈ ਇੰਨਾ ਤਾਂ ਹਜੇ ਕੈਨੇਡਾ 'ਚ ਵੀ ਨਹੀਂ ਚੱਲਿਆ ਮੇਰਾ ਭਰਾ ਜਿੰਨਾ ਇੱਥੇ ਚੱਲਿਆ ਇੱਥੇ ਤਾਂ ਹਰ ਸ਼ਾਪ ਦੇ ਵਿੱਚ ਹਰ ਉਹ ਜਿਵੇਂ ਕਿ ਉਹ ਸਾਹਮਣੇ ਲੱਗੇ ਹੋਇਆ ਤੇ ਹਰ ਇੱਕ ਦੁਕਾਨ ਤੇ ਫਰੂਟ ਵਾਲੀ ਤੇ ਵੀ ਸਾਰੇ ਕਿਤੇ ਸਾਰੇ ਕਿਤੇ ਆਮ ਹੋ ਚੁੱਕਿਆ ਵੀ देखो जी ऑनलाइन का भी इतने इन्ना जमाना वा भी तुम कोई 10 रुपये की 20 रुपये की चीज़ लेनी है जदि पेटीएम कर दो नाल दी नाल ही फोन तो सो कितने भी तुम जाओगे छोटी दुकान बड़ी दुकान भाई हमने हम बड़ी दुकान आ जमें इतने भी पेटीएम जो कोई जमें निकी जी दुकान उत्थे भी पेटीएम जो कोई रेहड़ी भी आ उत्थे भी पेटीएम आ 10 रुपये की चीज़ लेनी है कोई 20 रुपये की चीज़ लेनी है तुम पेटीएम कर दो तुहाडे कोल नहीं कैश हैगा सो यह मेरे ख्याल अपने कनेडा नालों भी ज़्यादा इस टाइम एडवांस दे विच इंडिया दे विच होया होया यूपीए हाँ होर सुना मेरे भरा का हाल चाल वधिया चलदी है जिंदगी परिवार वधिया सारा हाँ जी भाई सोहनी जिंदगी जिउंदे हो हाँ नहीं तो ज्यादातर सुनते होंने असं उत्थे बैठे भी भाई उत्थे जिंदगी बड़ी औखी है जिंदगी सरवाइव करना बहुत औखा महंगाई बड़ी हुई हुई है चीज़ा खानिया पीनिया बड़ी औखिया हुई पईआं ने एवें गल्लां ही ने नहीं मैं जिथे तक मैंने लगे भी मैं कई काफ़ी देश घूम इधर अपने इंडिया घूम चुके हाँ अपने तमिलनाडु तो लैके मैं मैसूर ऊटी वगैरह लखनऊ इधर सब घूम चुका पर मैंने पंजाब सब तो बेस्ट लगे हाँ क्योंकि उरे बंदा कदे भुखा नहीं भर सकदा मैं गल देखी है हां बिल्कुल भुखा नहीं मरदा हैगा असी हुण देख लो असी हुण मैं हुण उत्थे मैनूं 18 साल हो गए 20 साल हो गए रहिंदे नूं मैं फिर इत्थे हरेक साल च 3-3 गड़े ला जांदा नहीं मैं पता नहीं की चक्कर सी रहण नाल बरेली दे आ तां मैं पंजाब दे विच रहणा ज्यादा पसंद कीता मैं अपने डॉक्यूमेंट इधर ही बनवाए ने सो मैं पंजाब दे विच ही रहणा पसंद कीता ते हुण जाने पंजाब च वधिया सारा एरिया मैनूं वधिया लग्गा यूपी तुहानूं पता उधर करप्शन बहुत ज्यादा ते कानून दे वी इह जी हाल आ तो मैनूं पंजाब वध वधिया लग्गा और केड़ी जगह उधर केड़ी जद्दी घर किथे आ केड़े केड़े अपने एरिया दे विच हैगा तुहाडा जद्दी जिहड़ा असली बरेली बरेली ਤੇ ਬਰੇਲੀ ਤੋਂ ਆਏ ਹੋ ਹੋਰ ਕਈ ਸੂਬਿਆਂ ਦੇ ਵਿੱਚ ਤੁਸੀਂ ਘੁੰਮਿਆ ਤੇ ਪੰਜਾਬ ਦੇ ਵਿੱਚ ਆ ਕੇ ਲੱਗਿਆ ਵੀ ਹਾਂ ਭਾਈ ਇੱਥੇ ਨਜ਼ਾਰੇ ਹਾਂ ਕਿਉਂਕਿ ਮੈਂ ਬਚਪਨ ਤੋਂ ਪੜ੍ਹਾਈ ਲਿਖਾਈ ਉਰੇ ਕੀਤੀ ਆ ਤੇ ਹੁਣ ਤਾਂ ਘਰ-ਬਾਰ ਹੈਗਾ ਅਸੀਂ ਉਰੇ ਰਹਿਣਾ ਚਾਹੁੰਦੇ ਮੈਂ ਖੁਦ ਆਪਣੇ ਮਤਲਬ ਡਾਕੂਮੈਂਟ ਉਰੇ ਬਣਵਾਏ ਸੀ ਵੀ ਮੈਂ ਪੰਜਾਬ 'ਚ ਹੀ ਰਹਿਣਾ ਮੈਂ ਉੱਧਰ ਨਹੀਂ ਰਹਿਣਾ
देखो जी आप ना कई बार आप तो सोचते हैं भी असं ही खनी सा भी वधिया लगता जाके पंजाब बई हुण दा बरेली का जन्म मेरे भरा है ना बई हुण बरेली का जन्म बई हुण दा बरेली का जन्म पर फिर भी पंजाब दे विच आके काम करते हैं बई कहिंदा मैं होर भी कई जगह तमिलनाडु भी गया यूपी भी गया मैं होर भी कई जगह गया पर पंजाब दे विच आके जिहड़ा बई कहिंदा नज़ारा ना होर कितें भी नहीं गा इत्थे आके बंदा भुखा नहीं मरदा सो ये गल बिल्कुल बई ने सही कही क्योंकि इन्ना किराया लखा किराया ला के जो हुण हरेक वारी मैं साल च तीन गड़े लग जांदे आ 1.5 लाख रुपया जाण आउण दी टिकट लग जांदी आ पर फिर भी आईदा क्योंकि पंजाब धरती इदां दी इत्थे अपने दादे पड़दादियां ने बजुर्गां ने जिहड़े हल पाए ने मेहनतां कीतियां ने धरती कहनूं छड्ड सकदे आ छड्ड ही नहीं होणी इह तां हुण बस कहिंदे वी इत्थे नाल ही जाऊ धरती नाल ही रहांगे धरती जिन्ना चिर धरती है जिन्ना चिर जिंदगी है इतें ही रहांगे तो की कहना चाहेगा अखीर के मेरा भरा सारा क्योंकि आ जाओ उरे नूं आ जा मेरा भरा हुण इस टाइम कनेडा तो अमेरिका के जिन्हें भी परिवार है ने तुहानूं स्क्रीन पर देखते हैं सो की कहना चाहोगे कई ना 15-15 साल बई आउंदे ही नहीं पंजाब चों जाके नहीं जी महंगाई बहुत आ साडा औखा सरदा असीं आ नहीं सकदे की कहना चाहोगे ओ परिवारां नूं औखा तां नहीं कोई चाहोगे भई अपनी मिट्टी नाल बंदा जुड़े रहे तो ज्यादा बेटर क्योंकि जे इकनी पंजाब तों जाएगा बंदे पर पंजाब खाली हो जाऊगा फिर पंजाब खाली अपनी मिट्टी नाल जुड़े रहे बंदा तो ज्यादा बेटर ठीक है ना अपने देश नूं कामयाब बनाया जावे ते बिल्कुल ज्यादा रहे भरा ने बड़िया सोहनिया गल्लां कीतियां ते जांदे जांदे एक बार फिर दिखा जा जी जिन्ने भी परिवार जिहड़े नहीं पंजाब चों आउंदे ना इत्थे उत्थे बैठे ने इहनूं देख के थोड़ा जिहा सोच सकदे आ वी क्या बातां ने जी इस टाइम ढेर लग्गिया पिया ते बड़ी मिठी बड़ी स्वाद मूंगफली इस टाइम मैं आनंद माण रहा ते अद्धा किलो मेरा भरा मैनू भी पा दिओ अद्धा किलो भुन्नी हुई मूंगफली लैके जावांगे ते राह च खांदे जावांगे सो होर बहुत सारियां गल्लां करनियां ने जी इदां ही बने रहो जायो किते ना अगे जाके आपां होर भी मलाओ दे विच गल्लां बातां करदे आं सो आजो फिर मेरे नाल ते आपां करदे आं गल्लां बातां अगे धन्नवाद लओ जी आ मूंगफली की गलबात कर ली सी ते हुण आपां रोड क्रॉस करके रोड की दूजी साइड ते बाई हुणी बणाउंदे आ जूस मिक्स जूस जिहड़े पंजाब दे विच जिन्ने भी परिवार पंजाब दे विच आउंदे ने जूस पीते तो बिना कोई नहीं मुड़दा क्योंकि इत्थों का जिहड़ा जूस आ ना बड़ा कमाल का जूस ते बाई हुणा नाल अज्ज आपां गलबात करांगे जूस दी की हाल चाल ने बई की नाम तुहाडा मोहम्मद यासी मोहम्मद यासी यासी आज इधरले पासे नूं की तुसीं कहदा जूस बनाउंदे हो बई मौसमी दा जी किन्नू दा जी मौसमी दा ते किन्नू दा की रेट आ ग्लास 40 रुपया 30 रुपये 40 रुपये 30 रुपये ते मिक्स भी कर देने विच माड़ा मोटा कुछ ग्लास जे अगले दिसा जे कुछ पवाउणा होवे ते मौसमी जो उदां लैणी होवे कै रुपये रेट मिलदी है किलो 1.5 किलो 1.5 किलो 100 रुपये की 1.5 किलो मौसमी जी मिलती है तो आ है ने अमरूद है ना हाँ जी देखो जी तुसी अमरूद देख सकते हैं पंजाबियों की पहली पसंद अमरूद सब तो वधिया फल अमरूद होंदा मैक्सीको दे विच भी बहुत लगता है तो पंजाब दे विच भी बहुत लगता है ये 1 रुपये किलो 1.5 किलो 100 ये भी 100 दे 1.5 किलो तो मौसमी भी 100 दी 1.5 किलो आ दर्जन सौ का 2 किलो केले मिलते हैं जी अगे पहला केले आप लेंदे होंगे सके गिणती करके दर्जना च पर हूँ ये भी मिलते हैं उधरले पासे नूं देखो एक बार मुंडियालू तो हूँ भी मिलते हैं हूँ मिलते हैं जी ये किलों च वजन करके पहला होंगे सी दर्जन दर्जन का हिसाब होंगे सी हूँ किलों का हिसाब आते एप्पल की रेट ने एप्पल 100 रुपये किलो एप्पल 100 रुपये किलो वधिया चलती दुकानदारी कोई दस हज़ार तो नहीं ज्यादा हूँ तो इतार नहीं हूँ तो अच्छा हूँ वो लगे दूजा हूँ होंगे नहीं धार पहला बहुत होंगे तो किमें जिंदगी किमें वधिया चलती है महंगाई बहुत ज्यादा तो सौदा वधिया बिकी जाता है दिवाली तो बाद पहला भी मंदा ही सी ਜਿੰਨੇ ਵੀ ਰੇੜੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਮਰਜਾ ਦਾ ਮਰੇਕੋਟਲੇ ਤੋਂ ਆਉਂਦੇ ਨਹੀਂ ਜੀ 2-4 ਨੇ ਬਾਕੀ ਰੋੜੀਆਂ ਦਾ ਕੋਈ ਆਪਣੇ ਲਵੇ ਲਾਉਣੇ ਪਿੰਡਾਂ ਦੇ ਨੇ ਤੇ ਮਰੇਕੋਟਲੇ 'ਚ ਬਈ ਸਬਜ਼ੀ ਬਹੁਤ ਹੁੰਦੀ ਆ ਸਬਜ਼ੀ ਵੀ ਹੁੰਦੀ ਆ ਫਰੂਟ ਵੀ ਹੁੰਦਾ ਮਰੇਕੋਟਲੇ 'ਚ ਜਦੋਂ ਸਰੋਂ ਇੱਥੇ ਬੀਜ ਲਈ ਹੁੰਦੀ ਨਹੀਂ ਮਰੇਕੋਟਲੇ 'ਚ ਕਿਵੇਂ ਹੋ ਜਾਂਦੀ ਹੈ ਬਸ ਆਗੇ ਦੀ ਇੱਛਾ ਜੀ ਜਾਓ
बिलकुल जी तुसी जिन्नी भी परिवार सब्जी पंजाब दे विच आउंदी आ अद्ध नालों वध पंजाब मरेरकोटला कवर करदा क्योंकि मरेरकोटले तो बड़ी वधिया साफ सुथरी ते गुड क्वालिटी दे विच जिहड़ी सब्जी आ उह मरेरकोटले तों आउंदी आ। मरेरकोटले दी मंडी बड़ी मशहूर आ। मरेरकोटले तुसी ओडी दूरों इत्थे आउंदे हो? हांजी हांजी। ओत्थे क्यों नहीं करदे ओत्थे मरेरकोटले दे विच? बाहर निकल के दो पैसे हैगे। हां ਵੀ ਮੇਰੇ ਕੋਲੇ ਦੇ ਵਿੱਚ ਹੋਰ ਵੀ ਬਹੁਤ ਦੁਕਾਨਾਂ ਦੁਕਾਨਦਾਰੀ ਵਧੀ ਤੇ ਰੋਜ਼ ਵੀਰੇ ਅਪ ਡਾਊਨ ਕਰਦੇ ਆ? ਹਾਂਜੀ ਡੇਲੀ ਗੱਡੀ। ਅੱਛਾ ਆਹ ਤੁਹਾਡੀ ਗੱਡੀ ਹੈਗੀ? ਹਾਂਜੀ। ਇਹ ਗੱਡੀਆਂ ਵੀਰੇ ਬਹੁਤ ਚੱਲਦੀਆਂ ਹੁਣ। ਹਾਂਜੀ ਹਾਂਜੀ। ਇਹ ਛੋਟਾ ਹਾਥੀ ਹੈ? ਛੋਟਾ। ਇਹਦੇ 'ਚ ਹੀ ਸਮਾਨ ਲੈ ਕੇ ਆਉਂਦੇ ਤੇ ਇਹਦੇ 'ਚ ਹੀ ਜਾਂਦਾ ਸੀ? ਵੈਰੀ ਗੁੱਡ ਬਾਈ, ਬਹੁਤ ਵਧੀਆ ਲੱਗਿਆ ਤੁਹਾਡੇ ਕੋਲ। ਹੁਣ ਲੰਘਦੇ ਵੜਦੇ ਹਾਂ ਤੁਹਾਡੇ ਕੋਲ ਅਸੀਂ ਆਇਆ ਕਰਾਂਗੇ, ਜੂਸ ਪੀ ਕੇ ਜਾਇਆ ਕਰਾਂਗੇ ਅਤੇ ਜਿਉਂਦਾ ਰਹਿ ਮੇਰਾ ਭਰਾ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ, ਜਿਉਂਦਾ ਰਹੋ। ਆ ਜਾਓ ਜੀ ਇੱਦਾਂ ਹੀ ਬਾਈ, ਕਰੋਗੇ ਗੱਲਬਾਤ ਤੁਸੀਂ ਵੀ? ਹਾਂਜੀ ਦੇਖ ਲਓ ਜੇ ਕਰ ਸਕਦੇ ਹੋ ਤਾਂ, ਕਿਉਂਕਿ ਸਬਜ਼ੀ ਦਾ ਮਾੜਾ ਦੱਸ ਦਿਓ ਰੇਟ। ਕੋਈ ਗੱਲ ਨਹੀਂ, ਇਸੇ ਸਬਜ਼ੀ ਦਾ ਤੁਹਾਨੂੰ ਪਤਾ ਫਿਰ ਸਬਜ਼ੀ ਬਾਰੇ ਮਾੜਾ ਮੋਟਾ ਹੀ ਪਤਾ। ਆ ਜਾਓ ਫਿਰ ਸਬਜ਼ੀ ਬਾਰੇ ਵੀ ਦੇਖ ਲਈ। ਅੱਛਾ ਸਾਹ ਸਾਹ ਸਬਜ਼ੀ ਦੀ ਜਿਹੜੀ ਆ, ਕਿਉਂਕਿ ਇਹ ਦੋਨੇ ਰੇੜੀਆਂ ਇੱਕੋ ਹੀ ਨੇ। ਠੀਕ ਆ, ਕਿਉਂਕਿ ਚੱਕਰ ਇਹ ਆ ਕਿ ਵੀ ਅਸੀਂ ਨਾ ਕੈਨੇਡਾ ਅਤੇ ਅਮੈਰੀਕਾ ਦੇ ਵਿੱਚ ਇਸ ਟਾਈਮ ਇਹ ਪਰਿਵਾਰ ਆਪਾਂ ਨੂੰ ਦੇਖ ਰਿਹਾ ਜੀ, ਅਤੇ ਉੱਥੋਂ ਦੇ ਪਰਿਵਾਰ ਚਾਹੁੰਦੇ ਆ ਵੀ ਭਾਈ ਦੇਖੀਓ ਉੱਥੇ ਕਿਹੜੇ ਹਿਸਾਬ ਨਾਲ ਸਬਜ਼ੀ ਵਿਕਦੀ ਆ, ਕਿਉਂਕਿ ਕਈ ਤਾਂ ਆ ਜਾਂਦੇ ਨੇ ਮੇਰੇ ਵਰਗੇ ਦੇਖ ਜਾਂਦੇ ਆ, ਹੁਣ ਕਈ ਨੇ ਜਿਹੜੇ ਵਿਚਾਰੇ ਉੱਥੇ ਹੀ ਨੇ ਨਾ, ਤਾਂ ਗੱਲ ਕਰ ਸਕਦੇ? ਮੈਂ ਤੁਹਾਡੇ ਲਈ ਮਾਈਕ ਲੈ ਕੇ ਆਉਣਾ ਵਾਂ। ਸੋ ਸਬਜ਼ੀ ਦਾ ਆਪਾਂ ਨੇ ਜੂਸ ਦਾ ਦੇਖ ਲਿਆ ਜੀ, ਹੁਣ ਆਪਾਂ ਸਬਜ਼ੀ ਦੀ ਜਿਹੜੀ ਗੱਲਬਾਤ ਆ ਆਪਾਂ ਉਹ ਕਰਵਾਵਾਂਗੇ ਤੁਹਾਨੂੰ, ਅਤੇ ਸਬਜ਼ੀ ਦਿਖਾਉਂਦੇ ਹਾਂ ਕੀ ਰੇਟ ਅਤੇ ਕਿਹੜੀ ਕਿਹੜੀ ਸਬਜ਼ੀ ਤੁਸੀਂ ਬਾਈ ਜੀ ਮਰੇਰਕੋਟਲੇ ਤੋਂ? ਹਾਂਜੀ ਹਾਂਜੀ। ਕੀ ਨਾਂ ਕੀ ਤੁਹਾਡਾ? ਮੁਹੰਮਦ ਯਾਮਿਨ। ਮੁਹੰਮਦ ਸਾਹਿਬ, ਅਤੇ ਕੀ ਕੀ ਕਿਹੜੀ ਕਿਹੜੀ ਸਬਜ਼ੀ ਤੁਸੀਂ ਲੈ ਕੇ ਆਉਂਦੇ? ਸਾਰੀਆਂ ਸਬਜ਼ੀਆਂ ਲੈ ਕੇ ਆਉਂਦੇ ਜੀ। ਜੀ ਜੀ, ਅਤੇ ਕੀ ਰੇਟ ਰੂਟ ਕੀ ਚੱਲਦਾ ਇਹਨਾਂ ਦਾ ਸਾਰਿਆਂ ਦਾ? ਗੋਭੀ 20 ਰੁਪਏ ਕਿਲੋ। ਗੋਭੀ 20 ਰੁਪਏ ਕਿਲੋ। ਮਟਰ 60 ਰੁਪਏ ਕਿਲੋ। ਮਟਰ 60 ਰੁਪਏ ਕਿਲੋ। ਗਾਜਰਾਂ 40 ਨੇ। ਗਾਜਰਾਂ ਬੜੀਆਂ ਸੋਹਣੀਆਂ ਨੇ, ਲਾਲ ਲਾਲ ਪਈਆਂ। 40 ਗਾਜਰਾਂ ਕਿੰਨੇ ਕਹਿ ਰੁਪਏ ਕਿਲੋ? 40 40 ਰੁਪਏ ਕਿਲੋ। ਅਤੇ ਅਦਰਕ? ਅਦਰਕ 40 ਦਾ ਪਾਈ ਹੈ। ਅਦਰਕ 40 ਦਾ ਪਾਈ ਹੈ। ਟਮਾਟਰ? ਇਹ 20 ਦੇ ਪਾਈਆਂ ਨੇ। 20 ਦੇ ਪਾਈਆਂ। ਹੁਣ ਇਸ ਟਾਈਮ ਜਿੰਨੇ ਵੀ ਪਰਿਵਾਰ ਸਕਰੀਨ 'ਤੇ ਆਪਾਂ ਨੂੰ ਦੇਖ ਰਹੇ ਆ, ਉੱਥੋਂ ਆਪਾਂ ਸਬਜ਼ੀ ਲੈਂਦੇ ਹਾਂ ਜੀ, ਉੱਥੋਂ ਅਤੇ ਇੱਥੋਂ ਦੇ ਹਿਸਾਬ ਨਾਲ ਦੇਖੀਏ ਵੀ ਇੱਥੋਂ ਦੀ ਸਬਜ਼ੀ ਬੜੀ ਤਾਜ਼ੀ ਹੁੰਦੀ ਆ ਅਤੇ ਇੱਥੋਂ ਦੀ ਬੜੀ ਫਰੈਸ਼ ਹੁੰਦੀ ਆ, ਕਿਉਂਕਿ ਜਿਹੜੀ ਕੈਨੇਡਾ ਦੇ ਵਿੱਚ ਅਤੇ ਅਮੈਰੀਕਾ ਦੇ ਵਿੱਚ ਜ਼ਿਆਦਾ ਸਬਜ਼ੀਆਂ ਜਾਂਦੀਆਂ ਨੇ ਉਹ ਇੰਡੀਆ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਜਾਂਦੀਆਂ ਨੇ ਜ਼ਿਆਦਾਤਰ। 50-50% ਆ ਜੀ ਉੱਥੇ ਜਾਂ ਪਾਕਿਸਤਾਨ 'ਚੋਂ ਸਬਜ਼ੀ ਹੁੰਦੀ ਆ ਜ਼ਿਆਦਾ ਜਾਂ ਇੰਡੀਆ 'ਚੋਂ ਜਾਂਦੀ ਆ। ਉੱਥੇ ਸਬਜ਼ੀ ਬੜੀ ਘੱਟ ਲੱਗਦੀ ਆ ਕਿਉਂਕਿ ਉੱਥੇ ਬਰਫ਼ ਪੈ ਜਾਂਦੀ ਆ, ਉਹਦੇ ਕਰਕੇ ਫਸਲਾਂ ਉੱਥੇ ਹੁੰਦੀਆਂ ਨੇ। ਅਤੇ ਮਿਰਚ ਕੀ ਰੇਟ ਆ ਜੀ? ਮਿਰਚ 60 ਰੁਪਏ ਕਿਲੋ ਹੈ। ਮਿਰਚ 60 ਰੁਪਈਏ ਕਿਲੋ। ਆ ਲਸਣ? ਲਸਣ 240। ਲਸਣ ਹੈਗਾ 240 ਰੁਪਈਏ ਕਿਲੋ। ਇਹਨਾਂ ਨੂੰ ਬਹੁਤ ਤਰਸ ਜਾਂਦੇ ਹਾਂ ਅਸੀਂ। ਅੱਛਾ ਜੀ। ਉੱਥੇ ਮਿਲਦੇ ਤਾਂ ਹੈਗੇ ਪਰ ਆਹ ਚੀਜ਼ ਨਹੀਂ ਮਿਲਦੀ, ਉਹਦੇ ਐਡੇ ਪਿਆਜ ਹੁੰਦੇ ਨੇ ਪਰ ਜੋ ਕੋਈ ਟੇਸਟ ਨਹੀਂ ਨਾ। ਉਹ ਅਫਗਾਨਿਸਤਾਨ ਦੇ ਨੇ। ਹਾਂਜੀ। ਇਹ 50 ਰੁਪਏ ਕਿਲੋ ਹੁਣ ਹੋਏ ਨੇ, ਪਹਿਲਾਂ ਸਸਤੇ ਤੇ। ਇਹ ਕਈ ਵਾਰੀ ਕਹਿੰਦੇ ਅੱਖਾਂ 'ਚ ਹੰਝੂ ਬਹੁਤ ਘਟਾਉਂਦੇ ਲੋਕਾਂ ਦੇ, ਕਈ ਵਾਰੀ ਬਾਹਲੇ ਮਹਿੰਗੇ ਹੋ ਜਾਂਦੇ ਆ। ਅਤੇ ਹੁਣ ਕਿੰਨੇ ਰੁਪਏ ਕਿਲੋ ਨੇ? ਹੁਣ 50 ਨੇ। ਹੁਣ 50 ਰੁਪਈਏ ਕਿਲੋ। ਸੋ ਇਹ ਬੜਾ ਅੱਖਾਂ 'ਚ ਹੰਝੂ ਘਟਾਉਂਦੇ ਨੇ ਜੀ ਪੰਜਾਬੀਆਂ ਦੇ, ਕਿਉਂਕਿ ਬੜੇ ਮਹਿੰਗੇ ਹੁੰਦੇ ਪੰਜਾਬੀਆਂ ਦੇ ਕਿ ਪੂਰੇ ਇੰਡੀਆ ਦੇ ਵਿੱਚ ਜਦੋਂ ਇਹਨਾਂ ਦਾ ਤਹਿਲਕਾ ਮੱਚਦਾ ਨਾ ਤਾਂ ਫਿਰ ਲੱਭਦੇ ਹੀ ਨਹੀਂ ਹੁੰਦੇ, ਇੰਨੇ ਮਹਿੰਗੇ ਹੋ ਜਾਂਦੇ ਨੇ। ਅਤੇ ਹੋਰ ਬਈ ਚਕੰਦਰ ਹੈਗਾ ਆਪਣੇ ਕੋਲ ਹੈ ਨਾ? ਹਾਂਜੀ। ਕਰੇਲੇ? ਕਰੇਲੇ ਦੇਖ ਸਕਦੇ ਇੱਧਰਲੇ ਪਾਸੇ, ਕਰੇਲੇ ਪਏ ਨੇ, ਮੈਂ ਕਰੇਲੇ ਵੀ ਦਿਖਾ ਦਾਂ। ਕਰੇਲੇ ਬੜੇ ਵਧੀਆ ਪਏ ਨੇ, ਜਦੋਂ ਭਰਮੇ ਬਣੇ ਹੋਣ ਨਾ ਵਿੱਚ ਦੇ ਉੱਪਰ ਦੀ ਧਾਗਾ ਲਪੇਟ ਕੇ ਕਰੇਲੇ, ਅਤੇ ਬਹੁਤ ਵਧੀਆ ਕਰੇਲੇ ਬਾਈ ਹੋਣਾ ਕੋਲ ਰੱਖੇ ਨੇ। ਬੜੀ ਵਧੀਆ ਤਾਜ਼ੀ ਅਤੇ ਸਾਫ਼ ਸੁਥਰੀ ਸਬਜ਼ੀ ਬਾਈ ਹੋਣਾ ਰੱਖਦੇ ਨੇ ਇੱਥੇ ਮਲੌਦ ਦੇ ਵਿੱਚ, ਜਿੰਨੇ ਵੀ ਪਰਿਵਾਰ ਇੱਧਰਲੇ ਪਾਸੇ ਨੂੰ ਲੰਘਦੇ ਨੇ। ਸੋ ਬਾਈ ਹੋਣਾ ਤੋਂ ਸਬਜ਼ੀ ਜ਼ਰੂਰ ਲੈ ਕੇ ਜਾਇਆ ਕਰੋ, ਹਰ ਇੱਕ ਤਰ੍ਹਾਂ ਦੀ ਸਬਜ਼ੀ ਬਾਈ ਹੋਣਾ ਕੋਲ ਹੈਗੀ ਆ। ਮਸ਼ਰੂਮ ਵੀ ਹੈਗੇ ਨੇ, ਆਹ ਦੇਖੋ ਤੁਸੀਂ ਮਸ਼ਰੂਮ, ਕਿਉਂਕਿ ਥੋੜ੍ਹੇ ਜਿਹੇ ਟਾਈਮ ਤੋਂ ਪੰਜਾਬ ਦੇ ਵਿੱਚ, ਪਹਿਲਾਂ ਤਾਂ ਪੰਜਾਬ ਦੇ ਵਿੱਚ ਬੜੀ ਘੱਟ ਵਰਤੋਂ ਹੁੰਦੀ ਸੀ, ਹੁਣ ਬਹੁਤ ਵਰਤੋਂ ਹੋਣ ਲੱਗੀ ਇਹਦੀ, ਕਿਉਂਕਿ ਪਾਸਤਾ ਬਣਾਉਣਾ ਤੁਸੀਂ ਨਿਊਡਲ ਦੇ ਵਿੱਚ ਵੀ ਪੈਂਦਾ, ਪਾਸਤ ਦੇ ਵਿੱਚ ਵੀ ਇਹ ਪੈਂਦਾ, ਅਤੇ ਖੀਰੇ ਬੜੇ ਵਧੀਆ ਨੇ ਹੈਗੇ। ਅਤੇ ਫਿਰ ਦੂਜੀ ਗੱਲ ਫਿਰ ਉਹੀ ਆ ਕਿ ਪੇਟੀਐੱਮ ਵਾਲੀ, ਸੋ ਇੱਥੇ ਪੇਟੀਐੱਮ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਪੇਟੀਐੱਮ ਹੁਣ ਬਹੁਤ ਚੱਲਦਾ ਜੀ। ਪੇਟੀਐੱਮ ਜਿੰਨੇ ਵੀ ਪਰਿਵਾਰ ਉੱਥੋਂ ਆਉਂਦੇ ਨੇ, ਕਈਆਂ ਕੋਲ ਬੈਂਕ ਅਕਾਊਂਟ ਨਹੀਂ ਹੁੰਦੇ ਮੇਰੇ ਵਰਗਿਆਂ ਕੋਲ, ਕਿਉਂਕਿ ਇੱਥੇ ਬੈਂਕ ਅਕਾਊਂਟ ਘੱਟ ਕਰਦੇ ਆ, ਉੱਥੇ ਸਾਡੇ ਬੈਂਕ ਅਕਾਊਂਟ ਸਾਰਿਆਂ ਦੇ ਹੁੰਦੇ ਆ, ਪਰ ਹੁਣ ਬੈਂਕ ਅਕਾਊਂਟ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਕੋਲ ਕੈਸ਼ ਨਹੀਂ ਹੈਗਾ। 10 ਰੁਪਈਏ, 20 ਰੁਪਈਏ, 50 ਰੁਪਏ, ਜਿੰਨੇ ਦਾ ਵੀ ਕਰਨਾ ਤੁਸੀਂ ਪੇਟੀਐੱਮ ਕਰ ਦਿਓ, ਅਤੇ ਮੌਜਾਂ ਦੇ ਨਾਲ ਜ਼ਿਆਦਾ ਕੈਸ਼ ਚੱਕਣ ਦੀ ਲੋੜ ਹੈ ਨਹੀਂ ਗੀ। ਮੂਲੀਆਂ ਦਾ ਵੀ ਟਾਈਮ ਆ, ਹੁਣ ਸੀਜ਼ਨ ਆ ਜੀ, ਹੁਣ ਸਾਗ ਸਰ੍ਹੋਂ ਦਾ ਬਣਦਾ, ਅਤੇ ਨਾਲ ਮੂਲੀਆਂ ਬੜੀਆਂ ਵਧੀਆ ਕੱਚੀਆਂ ਬੜੀਆਂ ਵਧੀਆ ਸਾਫ਼ ਸੁਥਰੀਆਂ ਮੂਲੀਆਂ ਬਾਈ ਹੋਣਾ ਕੋਲ ਹੈਗੀਆਂ ਨੇ। ਅਤੇ ਇਹ ਬਾਈ ਹੁਣੀ ਕਿੰਨੇ ਕੁ ਟਾਈਮ ਤੋਂ ਬਾਈ ਜੀ ਤੁਸੀਂ ਇੱਥੇ ਲਾਉਂਦੇ ਹੈਗੇ ਆ, ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ? ਘੱਟੋ ਘੱਟ 15 ਸਾਲ ਹੋ ਗਏ। 15 ਸਾਲ? 15 ਸਾਲ ਤੋਂ ਇੱਥੇ ਨੇ ਜੀ ਬਾਈ ਹੁਣੇ, ਤੁਸੀਂ ਵੀ ਮੇਰੇ ਖਿਆਲ 15 ਸਾਲਾਂ ਤੋਂ ਸੀ ਬਾਈ, ਉਹ ਤਾਂ ਜੂਸ ਦਾ ਦਿਖਾਇਆ ਤੁਹਾਨੂੰ, ਉਹ ਵੀ 15 ਸਾਲਾਂ ਤੋਂ ਸੀ, ਅਤੇ ਉੱਧਰ ਮੁੰਡਾ ਮੂੰਗਫਲੀ ਦਾ ਦਿਖਾਇਆ ਸੀ, ਉਹ ਵੀ ਬਹੁਤ ਟਾਈਮ ਤੋਂ ਕਰਦੇ ਆ। ਅਤੇ ਬਾਈ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਪਰਮਾਤਮਾ ਇੱਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਉਂਦੇ ਰਹੋ ਮੇਰਾ ਭਰਾ।
थैंक यू जी। सो तुहानू पहला मूंगफली दिखाई सी ते हुण जूस दिखाया सी ते भाई हुणा कोलों आपां सब्जी भी दिखाई है तुहानू ते होर बड़ा कुछ हैगा जी इत्थे मलौद दे विच उह भी तुहानू नाल नाल दिखावांगे। मैनू सड़क कर जाण दो क्रॉस लो जी क्योंकि बड़ा ध्यान रखना पैंदा इत्थे कई वारी लिया के लत्तां दे विच ठा मिंट दे विच दी हो जांदा। पर हुण आपां चलदे आं भाई दीपे हुणा दे कोले। दीपे भाई हुणी उन्हां दी मोबाइलां दी शॉप हैगी है जी, उन्हां दे नाल भी गल्लां बातां करांगे। इदां ही मेरे नाल बने रहो नाले तो तुसीं नाल दी नाल ट्रैफिक भी दिखा दिओ भाई जदों गड्डियां किदां आउंदियां ने किदां लोक बच बच के निकलदे ने सो उह भी नाल दी नाल दिखाउंदे रहो। ते भाई इधर हुक्का जिहा दिंदा सी इक आपां नूं आह खड़ा मुंडा ये भाई कहिंदा सीगा वी 140 नहीं 40 रुपये किलो। की हाल ने मेरे भरा दे ठीक ठाक हो? आ लो माइक पहलां दा तुहाडे नाल भी करिए गल्लां बातां क्योंकि तुसीं उधर बड़ा मैनूं 140 वाली मूंगफली नूं कहिंदे सी 140 नहीं 40 कह आ ला तां हुण तुहाडे माइक ते की हाल चाल ने बई ठीक ठाक हो? वधिया। एप्पल की रेट ने? 120 दे किलो। 120 रुपये किलो सस्ते होए ने हुण कि महंगे होए ने? पहलां सस्ते सी कि महंगे सी? जै जै माहौल आ वीरे बस इन्ना कि जिहा चलदा रहिंदा। दिवाली वेले महंगे होणगे थोड़े जिहे ना? हांजी ਹਾਂਜੀ। ਲਓ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਬਾਈ ਹੁਣਾਂ ਕੋਲੇ ਐਪਲ ਹੈਗੇ ਨੇ ਜੀ ਤੇ ਨਾਲ ਦੀ ਨਾਲ ਬਾਈ ਹੁਣਾਂ ਕੋਲੇ ਸੰਤਰੇ ਪਏ ਨੇ ਕੇਲੇ ਪਏ ਨੇ ਤੇ ਇੱਕ ਮੈਂ ਗੱਲ ਦੱਸ ਦਵਾਂ ਵੀ ਕੇਲੇ ਜਿਹੜੇ ਆ ਦੇਖੋ ਬਾਈ ਹੁਣ ਰੇਟ ਦੱਸਦਾ ਸੁਣੀ ਜਾਇਓ ਧਿਆਨ ਦੇ ਨਾਲ ਮਾਈਕ ਲੱਗਿਆ ਹੋਇਆ ਬਾਈ ਦੇ ਸਾਰਾ ਰੇਟ ਦੱਸ ਦਿਓ ਬਾਈ ਨੂੰ ਕਿਉਂਕਿ ਇੱਥੇ ਆ ਕੇ ਖੜ ਗਿਆ ਆਟੋ ਤੇ ਬਾਈ ਵੇਚਣ ਲੱਗ ਗਿਆ ਨਾਲ ਦੀ ਨਾਲ ਸਬਜ਼ੀ ਤੇ ਹੋਰ ਕਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਉਹ ਵੀ ਦਿਖਾਵਾਂਗੇ। ਬਾਈ ਬੜਾ ਘੈਂਟ ਦੇ ਬੜੇ ਘੈਂਟ ਰੇਟ ਦਿੰਦਾ ਇੱਥੇ ਮਲਾਓ ਦੇ ਵਿੱਚ ਤੇ ਸੰਤਰੇ ਕੀ ਰੇਟ ਨੇ ਬਾਈ? ਸੰਤਰਾ 100 ਰੁਪਏ ਕਿਲੋ। ਸੰਤਰਾ 100 ਰੁਪਏ ਕਿਲੋ ਬਾਈ ਕੇਲੇ ਹੁਣ ਯਾਰ ਕਿਲੋਆਂ 'ਚ ਕਿਵੇਂ ਵਿਕਣ ਲੱਗੇ ਤਾਂ ਦਰਜਨਾਂ 'ਚ ਵਿਕਦੇ ਹੁੰਦੇ ਸੀਗੇ? ਮੇਰੇ ਸਮੇਂ ਦੇ ਹਿਸਾਬ ਨਾਲ ਕੁਝ ਸਮੇਂ ਦੇ ਹਿਸਾਬ ਨਾਲ ਚੇਂਜ ਹੋ ਗਿਆ। ਤੁਹਾਡੇ ਕੋਲੇ ਵੀ ਹੈਗਾ ਪੇਟੀਆਂ ਵਾਲਾ? ਹਾਂ ਹੈਗਾ ਵੀਰੇ ਲੱਗਿਆ ਅੱਗੇ ਕਿੱਥੇ ਲੱਗਿਆ ਹੋਇਆ? ਅੱਛਾ ਇੱਧਰਲੇ ਪਾਸੇ ਲੱਗਿਆ ਇਹ ਵੀ ਦਿਖਾ ਦਿਓ ਜੀ ਇੱਕ ਇੱਧਰਲੇ ਪਾਸੇ ਵੀ ਆਹ ਦੇਖੋ ਪੇਟੀਆਂ ਵਾਲਾ ਵੀ ਤੁਸੀਂ ਕਰੋ ਇਹਨੂੰ ਸਕੈਨ ਜੇ ਤੁਸੀਂ ਉੱਥੇ ਬੈਠਾ ਵੀ ਕੈਨੇਡਾ ਦੇ ਵਿੱਚ ਬੈਠੇ ਵੀ ਅਮਰੀਕਾ ਦੇ ਵਿੱਚ ਬੈਠੇ ਵੀ ਇਹਨੂੰ ਸਕੈਨ ਕਰਕੇ ਭੇਜ ਦਿਓ ਬਾਈ ਹੁਣਾਂ ਕੋਲੇ ਬਾਈ ਹੁਣਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਜਾਣੇ ਨੇ ਕਿਉਂਕਿ ਫੋਟੋ ਖਿੱਚੀ ਜਾਣੀ ਆ ਸਕੈਨ ਕਰ ਲਿਓ ਇੱਧਰਲੇ ਪਾਸੇ ਜਾਣੇ ਬਾਈ ਕੀਵੀ ਵੀ ਆ? ਹਾਂਜੀ ਵੀਰੇ। ਕੀਵੀ ਕੀ ਰੇਟ ਆ? 50 ਰੁਪਏ ਦਾ ਪੀਸ ਆ ਬਈ। 50 ਰੁਪਏ ਦਾ ਇੱਕ ਤੇ ਬਾਕਸ ਦੇ ਵਿੱਚ ਹੈਗੇ ਨੇ 4 ਯਾਨੀ ਕਿ 200 ਰੁਪਏ ਦੇ ਇੱਕ ਬਾਕਸ ਦੇ ਵਿੱਚ ਨੇ ਤੇ ਖੰਜੂਰਾਂ ਸਿਆਲੋ ਸਿਆਲ ਜਿਹਨੇ ਖਾਧੀਆਂ ਹੁਣ ਖੰਜੂਰਾਂ ਨਾ ਫਿਰ ਸਿਆਲ ਪਤਾ ਨਹੀਂ ਲੱਗਦਾ ਫਿਰ ਤਾਂ ਜਿਹੜੀ ਸ਼ਰਟ ਵੀ ਪਾਈ ਹੁੰਦੀ ਉਹ ਵੀ ਲਾਹ ਕੇ ਮਾਰਦਾ ਬੰਦਾ ਵੀ ਪਰੇ ਵੀ ਹਟ ਜਾਓ ਪਰੇ ਹੁਣ ਤੇ ਆਹ ਕੀ ਰੇਟ ਨੇ ਵੀਰੇ? 2 ਕਿਲੋ 100 ਦੇ। 2 ਕਿਲੋ 100 ਇੱਕ ਹੀ ਰੇਟ ਆ ਉਹਨਾਂ ਦਾ ਵੀ ਇਹ ਰੇਟ ਆ ਤੁਹਾਡਾ ਵੀ ਇਹ ਰੇਟ ਕਦੇ ਆਏ ਨੇ ਵੀ ਉਹ ਚੱਲ ਉਹਦੇ ਨਾਲ 20 ਰੁਪਏ ਘਟਾ ਦੇ ਵੀ ਆ ਜਾਓ ਇੰਨੇ ਦੇ ਲੈ ਜਾਓ ਕੁਆਲਿਟੀ ਵੀ ਚੇਂਜ ਹੁੰਦੀ ਆ ਇਹ ਵੀ ਆਂਧਰਾ ਵਾਲਾ ਯੂਪੀ ਵਾਲਾ ਤੇ ਬਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ? ਹੋ ਗਏ 4 ਸਾਲ ਵੀਰੇ। 4 ਸਾਲ ਕਿਹੜਾ ਕਿੱਥੇ ਰਹਿੰਦੇ ਹੋ? ਕਿਹੜਾ? ਮਲੌਦੀ ਆ ਵੀਰੇ। ਮਲੌਦੀ ਇੱਥੇ? ਅੱਛਾ ਇੱਥੇ ਮਲੌਦ ਦਾ ਜਨਮ ਆ ਤੇ ਆ ਰੇੜੀ ਜਿਹੜੀ? ਅੱਛਾ ਆ ਬਈ ਇਹ ਦਬਣੀ ਬਣਾਈ ਲਈ ਇੱਕ ਬਣਾਈ ਆ ਇਹ ਬੰਬੂ ਘਾਟ ਬਈ ਪਿਆਰ ਕਰਾਇਆ ਬੰਬੂ ਘਾਟ ਇਹਨੂੰ ਬੰਬੂ ਘਾਟ ਕਹਿੰਦੇ ਆ ਇੱਕ ਹੈ ਕਿਹੜਾ ਵਾ ਕੀ ਨਾਂ ਕਿ ਹੋਂਡਾ ਹੀਰੋ ਹੋਂਡਾ ਹੀਰੋ ਹੋਂਡਾ ਵੀਰੇ ਕੀ ਬਾਤ ਆ ਕੀ ਬਾਤ ਹੈ ਤੇ ਬਈ ਦੀਪ ਸਿੱਧੂ ਹੋਣਾਂ ਦੀ ਬਾਈ ਨੇ ਫੋਟੋ ਲਾਈ ਆ ਬਹੁਤ ਵਧੀਆ ਬਈ ਵਧੀਆ ਚੱਲਦੀ ਹੈ ਜ਼ਿੰਦਗੀ ਮੈਂ ਚੱਲੀ ਜਾਂਦਾ ਟਾਈਮ ਪਾਸ ਆ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੁੰਦੇ ਹੋ ਉਰੇ ਬਾਈ ਸਵੇਰੇ 6 ਵਜੇ ਨਿਕਲ ਜਾਈਦਾ ਰਾਤ ਨੂੰ 9 ਵੱਜ ਜਾਂਦੇ ਨੇ ਅੱਛਾ ਇੱਧਰ ਵੀ ਹਾਂ ਬਾਈ ਕੀ ਹਾਲ ਚਾਲ ਨੇ ਵਧੀਆ ਬਾਬੇ ਨੱਤੀਆਂ ਬੜੀਆਂ ਘੈਂਟ ਪਾਈਆਂ ਬਾਈ ਨੇ ਬਾਈ ਆਪਾਂ ਬੇਲੀ ਇੱਧਰ ਇੱਧਰ ਹੀ ਦਿਖਾਓ ਬਾਈ ਨੱਤੀ ਦਿਖਾਓ ਬਾਈ ਦੀ ਆਹ ਦੇਖੋ ਬਾਈ ਦੀ ਇੱਕ ਪਾਸੇ ਨੱਤੀ ਕੰਨ ਦੇ ਵਿੱਚ ਬਾਈ ਕਿਹੜਾ ਪਿੰਡ ਆ ਨਾਰੋ ਮਾਜਰਾ ਵੀਰੇ ਨਾਰੋ ਮਾਜਰਾ ਬੀਰੇ ਵਾਲਾ ਰੇਹੜੀਆਂ ਲਾਈਆਂ ਘੱਟੋ ਘੱਟ 20 ਸਾਲ ਬੱਬੂ ਵੀ ਆ ਗਿਆ ਪਰਲੇ ਬਾਈ ਆਉਣਾ ਤੇਰੇ ਕੋਲੇ ਵੀ ਮੈਂ ਆਉਣਾ ਇਧਰਲੇ ਪਾਸੇ ਕਿਉਂਕਿ ਮੈਂ ਇਸ ਸ਼ਹਿਰ ਦਾ ਜੀ ਉਹ ਚਲਾ ਗਿਆ ਦੇਖੋ ਹੁਣ ਜਦੋਂ ਮੈਂ ਗੱਲ ਕਰਨ ਨੂੰ ਕਿਹਾ ਤੇ ਉਹ ਨਿਕਲ ਗਿਆ ਕਿਉਂਕਿ ਇਸ ਸ਼ਹਿਰ ਦੇ ਵਿੱਚ ਮੈਂ ਵੱਡਾ ਹੋਇਆ ਇੱਥੇ ਜਵਾਨੀਆਂ ਮਾਣੀ ਨੇ ਮੇਰਾ ਪਿੰਡ ਹੈਗਾ ਲਸਾੜਾ ਤੇ ਇੱਥੇ ਮੈਂ ਪੜਿਆ ਲਸਾੜਾ ਹਾਂ ਜਿੰਦਰ ਲਸਾੜੇ ਵਾਲਾ ਇੱਕ ਆ ਗਿਆ ਬਾਈ ਹਾਂ ਭੈਣਾਂ ਨੇ ਉਹ ਸਾਡੀਆਂ ਜਿਹੜੇ ਵੀਰੇ ਦੀਆਂ ਭੈਣਾਂ ਨੇ ਮੇਰੀਆਂ ਭੈਣਾਂ ਨੇ ਉਹ ਹਾਂ ਜਿਉਂਦੇ ਰਹਿਣ ਲਸਾੜੇ ਤਾਂ ਤੁਸੀਂ ਹਾਂ ਬਾਈ ਕੀ ਹਾਲ ਨੇ ਮੈਂ ਠੀਕ ਆ ਭਈ ਆ ਕੀ ਚੱਕੀ ਫਿਰਦੇ ਹੋ ਇਹ ਮਸੰਮੀ ਹੈ ਵੀਰੇ ਮੈਨੂੰ ਦੇਣਾ ਆਇਓ ਉਹ ਕੀ ਬਾਤ ਆ ਬਾਈ ਜਿਉਂਦਾ ਰਹਿ ਆ ਬਾਈ ਮਸੰਮੀ ਵੀ ਦੇ ਗਿਆ ਮੈਨੂੰ ਨਾਲ ਦੀ ਨਾਲ ਹੀ ਮੈਂ ਮਿੱਠੀਆਂ ਨੇ ਪੂਰੀਆਂ ਕੀ ਰੇਟ ਨੇ ਇਹ 1.5 ਕਿਲੋ 100 ਦੀ 100 ਦੀ ਲੈ ਮੇਰਾ ਭਰਾ ਬਸ ਖਾ ਲਾ ਯਾਰ ਫੜਾ ਦੀ ਮੈਂ ਖਾ ਲਈ ਜਿਉਂਦੇ ਰਹੋ ਬਾਈ ਜਵਾਨੀਆਂ ਮਾਣੋ ਇਦਾਂ ਹੀ ਖੁਸ਼ ਰਹੋ ਹੱਸਦੇ ਵੱਜਦੇ ਰਹੋ ਤੇ ਹੁਣ ਟ੍ਰੈਫਿਕ ਥੋੜੀ ਜੀ ਇੱਥੇ ਹਾਂ ਕਰਾ ਲੈ ਮੁੜ ਕੇ ਆਉਣਾ ਸੀ ਇੱਥੇ ਆ ਗਿਆ ਮੁੜ ਕੇ ਅੱਛਾ ਇੱਥੇ ਵੀ ਆ ਗਿਆ ਚਲੋ ਆ ਜਾਓ ਫਿਰ ਤੁਹਾਡੇ ਕੋਲੇ ਵੀ ਗੱਲਬਾਤ ਕਰ ਲੈਂਦੇ ਹੈਗੇ ਆ ਤੇ ਬਾਈ ਕਹਿੰਦਾ ਮੈਨੂੰ 20 ਸਾਲ ਹੋ ਗਏ ਬਾਈ ਕਹਿੰਦਾ ਇੱਥੇ ਰੇੜੀ ਲਾਈ ਨੂੰ ਤੇ ਕੇਲੇ ਬਾਈ ਬੜਾ ਸਮਾਨ ਬਾਈ ਰੱਖ ਬੈਠੇ ਬਾਈ ਆਹਾ ਆਹ ਬੜਾ ਔਖਾ ਹੁੰਦਾ ਵਾ ਛੱਲਣਾ ਹਾਂਜੀ ਛੱਲਣਾ ਨਾ ਬਹੁਤ ਕਾਲਾ ਸਕਾਲਾ ਇਹ
आ गया बई को बई आटे को थोड़िया पई ने मौसमियां सारिया है अनार खजूर है क्या बात है बई बड़ा वधिया समान पपीता भी हैगा बई को बड़ा वधिया हुंदा पपीता मेरा सब तो फेवरेट फ्रूट है जिहड़ा पपीता उह लै बई हुण करूगा अपने नाल होर भी गल्लां बातां अरबी का पीस चाहे ना खाए पर सारा असर तरी दे कहिंदे आ जांदा ते तरी पी के देखो अरबी वाली क्या बात है कड़ाके पा दिंदी है ते आ भाई हैगे ने औले चको भाई औले ते बड़े वधिया भाई होना कोले औले ने ते औले तुसीं इत्थों ले जा सकदे ए की रेट ने मेरा भरा ए मेरे 60 रुपए किलो ने 60 रुपए किलो शकरकंदी आ गई ए आ गई शकरकंदी जानी के मिठी आ ना बहुत मिठी हुंदी है भुन के खाने वाले क्या बात है भुन के खाई दी है तो काली हो जाती है तो बिचो फिर कढ के खाओ तो फिर आने नज़ारे लसन मेरा भरा लसन मेरे है 80 रुपये पाइया 80 रुपये पाइया तो मिर्चा की रेट ने मिर्च 40 रुपये कहाँ गए दिल बचो भरा रही माड़ा जा आई माड़ा बना के दी एक हैलो नमकीन आई आ जाओ आ जा आजा आजा उरे रख मड़ी जी आह आजा उरे थैंक यू मेरा भरा इधरले पासे कर ली हुण गल जांदा रहा मेरा भरा ते हां भाई आन जांदा रहा मेरा भरा जांदे रहो आ लाई मड़ जा की हाल चाल है तेरा बाजी बाजी बढ़िया है जी ए की बनाउना ए भेलपुड़ी है भाई हां भेलपुड़ी मेनू हिंदी घाट आती है अच्छा जी ठीक है पंजाबी बोला जी पंजाबी बोल अच्छा जी ए भेलपुड़ी है जी ना फिर पंजाबी बोल गया तू पंजाबी च गल कर पंजाबी च मैं कहा पंजाबी बोल कहंदा जे भेलपुरी है जी ए केड़ी पंजाबी होई भाई आती नहीं है मेरे को हिंदी की नहीं आती तेरे को पंजाबी नहीं आती तू मेरे के हिंदी का हाँ रलमी मलमी दाल का किया है दाल भुजिया नहीं क्या रलमी मलमी दाल आपके एरिया में दाल भुजिया कहना नहीं रलमी मलमी दाल कहीं रलमी मलमी दाल हाँ ठीक है ला गया पंचर ये बना के दे सू दो तीन ते खाइए अस कै रुपये की एक दस बीस तीह दस वाली बना दे पंच वाली भी है नहीं भाई हाँ ये बंदा ये वो बंदा कहना पंच वाली बना दे कोई ना जी बन जूगा भी वो भी कित हां मिर्च केड़ी जगह तो किथों मलेरकोटला जन्म मलेरकोटले होया नहीं नहीं हाँ? उत्तर प्रदेश अच्छा मलेरकोटले रहना मलेरकोटले तो अच्छा मलेरकोटले तो लेंदे नहीं है लेना है जी उधर थोड़ा सा उधर थोड़ा के घाट चलता है इधर थोड़ा के बात चलता है नहीं वो बात नहीं बात तो है कि उधर थोड़ा सा दूसरा आउट एरिया पड़ जाता बहुत तंग करते हैं आप ट्रक आ गया कोई चक्कर तो नहीं गया ना सड़ ती खड़ा सड़ ती है ना कितने होरना ना ट्रक ना ही मूंगफली लै जाए और इनू कर ला पूरा का कितने होरना हो जाए ठा वाला काम लेने दे देने बह जाए आ की आ ये मसाला है जी मसाला ये मसाला भाई भाई को बड़ा वधिया मसाला तुम दिखा सकते आ देखो ये मसाला पाऊ तो हूँ ये बनाऊगा बेलपूरी अच्छा तो आओ चक ये गलब पतंदरा तू ना पाई आन दे ਇਹੀ ਚੱਲਦਾ ਜੀ ਸਵਾਦ ਹੀ ਤਾਂ ਲੱਗਦਾ ਜੇ ਗਲਾਪਾ ਹੁਣ ਤਾਂ ਸਵਾਦ ਹੀ ਨਹੀਂ ਲੱਗਣੀ ਇਹ ਅੱਛਾ 10 ਰੁਪਏ ਵਾਲੇ ਨਿੱਕੇ ਜਿਹੇ ਕਾਗਜ਼ 'ਚ ਹਾਂਜੀ ਦਾਲ ਵੀ ਪਾਤੀ ਮੈਨੂੰ ਬਾਕੀ ਨਾਲ ਵਧੀਆ ਬਣਾ ਦੀ ਚੰਗਾ ਛੱਟ ਮਸਾਲਾ ਆਹਾ ਕਿੰਨੇ ਕੁ ਸਾਲ ਹੋ ਗਏ ਬਣਾਉਂਦੇ ਨੂੰ ਹੋ ਗਿਆ ਜੀ ਆਪਣਾ 5 ਸਾਲ ਹੋ ਗਿਆ ਜੀ ਅੱਛਾ 5 ਸਾਲ ਹੋ ਗਏ 5 ਸਾਲ ਤੋਂ ਇਹੀ ਲਾਈ ਜਾਂਦਾ ਨਹੀਂ 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 ਹਾਂ ਚੇਂਜ ਕਰਦਾ ਰਹਤਾ ਹਾਂ ਅਭੀ ਤਾਂ ਪੇਂਟਿੰਗ ਪੰਜਾਬੀ 'ਚ ਗੱਲ ਕਰ ਪੰਜਾਬੀ 'ਚ ਹਾਂ ਪੰਜਾਬੀ ਨਹੀਂ ਬੰਦਾ ਹਜੇ ਤਾਂ ਪੇਂਟਿੰਗ ਦਾ ਕੰਮ ਆ ਹਾਂਜੀ ਹਾਂਜੀ ਹਾਂ ਫਿਰ ਅਭੀ ਚੇਨਈ ਸੇ ਆਇਆ ਹਾਂ 2 ਦਿਨ ਹੋਇਆ ਪੇਂਟਿੰਗ ਦਾ ਕੰਮ ਕਰਕੇ ਅੱਛਾ ਚੇਨਈ ਤੋਂ ਆਇਆ ਹਜੇ ਪਾਤਾ ਬਈ ਨਾ ਕਿ ਆ ਕੀ ਪਾਇਆ ਇਮਲੀ ਚਾਟ ਇਮਲੀ ਚਾਟ ਇਹ ਕਿਥੋਂ ਲੈ ਕੇ ਆਉਣਾ ਬਣਾਤੇ ਹੈ ਅਜਾ ਆਪ ਹੀ ਬਣਾਉਣਾ ਘਰੇ ਹਾਂਜੀ ਵਾਹ ਜੀ ਵਾਹ ਆ ਲੈ ਲੈ ਜੀ ਮੈਂ ਬਾਈ ਤੋਂ ਦੇਖੋ ਜੇ ਸਵਾਦ ਨਹੀਂ ਹੋਆ ਪੈਸੇ ਵਾਪਸ ਉਹ ਨਹੀਂ ਨਹੀਂ ਤੂੰ ਸਵਾਦ ਤਾਂ ਦੇਖਣ ਨੂੰ ਘੈਂਟ ਦੀ ਸਮੈਲ ਹੀ ਬੜੀ ਘੈਂਟ ਆਉਂਦੀ ਆ ਤੇ ਖਾ ਕੇ ਆਈਂ ਆਈਂ ਖਾਣੀ ਆ ਇਹ ਹਾਂਜੀ ਹਾਂਜੀ ਆ ਹੁਣ ਆਟਾ ਸਕਰੀਨ ਤੇ ਜਿੰਨੇ ਵੀ ਪਰਿਵਾਰ ਦੇਖਦੇ ਹੋਣਗੇ ਨਾ ਸਾਰਿਆਂ ਨੂੰ ਟੇਸਟ ਇਹਦਾ ਪਤਾ ਲੱਗਣਾ ਵੀ ਟੇਸਟ ਕੇ ਨਿੰਬੂ ਪਾਇਆ ਹੈ ਵਿੱਚ ਪਿਆਜ਼ ਪਾਇਆ ਹੋਇਆ ਤੇ ਨਾਲ ਹੈਗੇ ਇੱਧਰ ਵੀ ਆ ਗਿਆ ਇੱਕ ਮੁੰਡਾ ਹੋਰ ਚੱਕ ਕਿਉਂ ਚੱਲ ਵੀ ਨਾ ਦੁਕਾਨਦਾਰੀ
ये तो चले गए भाई। आई चला देना दुकानदारी अभी मिनट जी। इनू किन्ने दी लेनी है भाई? दसां वाली बना एक। टी वाली कड़ी हुंदी है जिहड़ा वड्डा कागज जिहा हुंदा। क्या वाली भी हुंदी है भाई। आ कौन जी बनाउणी कितों सिखी सी? ए हमारा फुफा सिखाए थे। हैं? फुफा हमारा सिखाए थे। कौन सिखाया? सुरेंद्र गुप्ता। फुफा? वो की हुंदा? फुफड़। फुफड़ फुफड़ चाहे के है ना फुफा सिखाया है हमारा फुफा। तू का भी फुफड़ ने सिखाया? क्या बात है। ठीक है तो आ लिया फिर हूँ मैनू दे माइक तो आ बनाते देनी कुलजीत भाई चोबर पैसे एक दोए तो होर फड़ ली काप नू लैनी तो एक मुंडे कैमरे वाले अपने लै ली बई नो आज हूँ अगे चलते हैं। हूँ आप जाना वा दीपे बई को। दीपे बई के नाल गल्लां बातां करने। दीपे बई का फोनां दा काम है जी इत्थे बड़ा वधिया। बई आ जाओ आ जाओ आ जाओ आ जाओ। बड़ा वधिया बई दीपे का फोनां दा काम है जी ते उहनां नाल भी गलबात करनी है क्योंकि मैं कहा सीगा बई नूं भी पंज मिनट चाहिए सानूं जी अद्धे घंटे तो ज़्यादा हो गया बई सानूं उड़ीकदा हुण। तो तुसीं ट्रैफिक भी इत्थों दी देख सकते हैं। ट्रैफिक मोटरसाइकिल बहुत ज़्यादा आ अपने कनेडा दे विच तां इक सीजन हुंदा जदों मोटरसाइकिल हुंदे ने। इत्थे बहुत सारे मोटरसाइकिल ने जी तो ट्रैफिक इतों की जरूर देखो। इधरले पासे आ गई बैंक तो बैंक के मैं जी सरकारी बैंक हैगी मलौत की वो सामनों की रोड के उत्ते जा रहे हैं जी इस टाइम तो हाथ के बेलपुरी हूँ खाला खाला कर दिया। मेरा दिल नहीं करता भी मैं बचाले कट के गल करा। दीपे बई की दुकान पर पहुँचांगे तो फोनों के रेटा बारे जाणांगे। पंजाब का माहौल तुम इस टाइम देख सकते हो। अज जे मैं तरीक की गल करा तो अज तरीक हैगी जी किन्नी तरीक हैगी भी अज 21 21 नवंबर का दिन है जी। तो तुम देख सकते हो कोटियां बहुत घट पाई हुई ने। मेरे भी टी शर्ट पाई हुई है। गर्मी जी काफ़ी आ रही है धुप्पे खड़ने का। 21 नवंबर वाले दिन भी गर्मी है पूरी। इत्थे ठंड घट गई पंजाब दे विच बहुत। नहीं तो 21 नवंबर हो तो कोटियां ना पाइया हूँ अद्धी टी शर्ट पा के मैं जा सकता हाँ। इदा हो नहीं सकता सी पर हूँ वैदर नूं पता नहीं की हो रहा पंजाब दे नूं। दिनों दिन वैदर आ जिहड़ा वह बड़ा खराब ही हुंदा जा रहा क्योंकि हजे अगां स्टिल लग रही ने उहदे करके थोड़ी जी गरमैश होई हुई है वैदर दे विच। धुप्पे खड़ नहीं हुंदा धुप्प इत्थे। आ देखो तुसीं मेरे सामने मटर बई मटर वेचदा की हाल चाल ने बई? ठीक ठाक आ बई ने मटर लाए ने ते नाल गाजर। तो जे तुसीं कोई जिंदे नूं चाबी लवानी होवे इत्थों तुसीं चाबी लवा सकदे हां। तो इधरले पासे तुसीं देख सकदे हां जुत्तियां दी दुकान अपनी आ गई है जी। तो इत्थों तुसीं चाबी लवा सकदे हां। बड़ियां सोहणियां चाबियां बई हुणी लाउंदे आ मिठू बई दा नाम। जे तुसीं कोई चाबी बनवाउणी हैगी तां इदां दीआं चाबियां बन जांदियां ने। देखो तुसीं डिजाइन देख सकदे हो इदां दी चाबी भी बनवा सकदे हां। आह चाबी भी बनवा सकदे हां स्कूटर मोटरसाइकिल दी। आह चाबी भी खंडे वाली बना सकदे हां। आह कृपान हैगी आ इदां दी चाबी बना सकदे हां। तो वह चाबी मैनूं बड़ी वधिया लगी। सो किसी भी तरह की चाबी बनाउणी है तो बई मिठू उन्हां तों आ के चाबी बनवा सकदे हो। बई की हाल चाल ने बई मिठू? ठीक ठाक हो? अतुणियां चाबियां दिखाउण लगे सी। ठीक है वीरे बहुत धन्यवाद। किदां चलदा काम कर? बहुत वधिया वीरे। तो बई आ चाबियां बड़ियां सोहणियां सोहणियां आउण लगियां। हाँ आउंदियां ने वीरे हैगियां ने अपने कोल दिखा दिंदे कोल भाई। हाँ दिखाओगे ना जो। आ लो वीरे माड़ा जिहा पहलां माइक लायो फिर तुहाडे कोल होर भी बड़ा समान पिया हैगा तो वह भी दिखाउने। आ ला लो माइक तो आ जाओ फिर हुण किड़ियां किड़ियां बई बड़े डिजाइन ने चाबियां दे। हैं चाबियां ने वीरे? हाँ जी। क्या बात है। सो बाई ने कट लिया बॉक्स। आ देखो आ चल रही है जी। ये भी दिखाओगे इनू खोल के? हाँ भाई। अच्छा आ क्या बात है। हाँ जी। ते आ देखो जी चाबी ते इहदे विच इहदे विच पै जांदी है ना वीर? आ चीज हो गई जी। अच्छा मुछ वाली क्या बात है। आ गई जी बाकी मेरा हाथ जाना नहींगा। हाँ ये उदा दिखा दें आप। हाँ क्या बात है। ठीक आ चीज आ गई। ते बाकी बाइक दी चाबी आ गई हैगी ने। हाँ देखो जी बड़ी वधिया वधिया चाबियां बई उन्हां कोल हैगियां ने। उस तरह तुसीं चाबी बना सकदे हो। आ चीज हो गई जी। अच्छा आ जिवें आपां गड्डियां नूं हुंदा वीरे उवें ऐ खुल के ऐ रवाल। हां सिस्टम भी लग जांदा जी। सिस्टम भी ला देईदा। अच्छा मोटरसाइकिल दा भी सिस्टम लग जांदा जी? हां ला देईदा। फुल तुसीं लाउने हो बई? हां जी ला देईदा। ते इह बंद किवें हो वीरे? आ देखो जी। अच्छा तो दब के देखो जी ये गड्डी की चाबी है टोयोटा की पर ये मोटरसाइकिल में भी लग जाते बाइक ने सिस्टम भी ला देने भी इतों लॉक खोले इतों टूटू टूटू भी होता। क्या बात है। तो इतों आ निकल जाती है चाबी है आ दे इतों निकल जाए चाबी। सो इदा की चाबी तुम मोटरसाइकिल में भी लवा सकते हैं वीरे। की रेट रूट किन्ने पै जाते हैं? बस रेट जी इदा भी हो ला दी है जिदा हम अस ला दे जी बाकी कस्टमर की जान सुन करके जानी महंगी तो नहीं है बाली महंगी कि 150 रुपये की ला दी है। 150 रुपये की ला दें भाई चाबी कस्टमर अगले अगले की मोड़ दे दी है जिम्मे आ होगी 200 रुपये की आ ला दे दी है।
चंडीगढ़ हो गया खन्ने भी सीखे हर तरह का धंधा खोल दें तक घर पर गल है ला लो भी मैं चोर हाँ समझ लो मैं मैं थोड़े को चाबी लेके आया मैं किसी से गया मैंने चाबी मिल गई मैं चाबी उन्होंने लैके आया भी यही चाबी मुड़ के लिया मैंने समान चाबियां रख दूंगी तो चाबी बनवा के लिया देख ही लेने बंद परख लें परख लें बाकी जो पता लगता है अगले तो डॉक्यूमेंट मंगी आधार कार्ड हो गया कोई भी सरपंच का हो गया कोई भी कह दो थ्रू बना देते हैं मतलब पता ही होंगे भी एक बंद जेन्यून है या डुप्लीकेट है कि बड़ा हसमुखा भाई जा मेहनत करता रहा मेरा भरा मिलते गलते रहा करा लंघे पड़ते इधरले पासे एक देख सकते हो जुत्तियां की दुकान बड़िया वधिया पंजाबी जुत्तियां जे तुसी लैनी होवे संधू पंजाबी जुत्ती तो मलौद दे विच आ के संधू पंजाबी जुत्ती जिहड़ी बड़ी मशहूर आ ते जे तुसी चाबी बनाउणी होवे बड़ी बड़ी घेंट चाबी बनाउंदा इन्हां तों तुसी चाबियां भी बनवा के लिजा सकदे हो ते होर बहुत सारियां दुकानां ने जी पहला थाणा जिहड़ा तुसी सामने जिथे ट्रक आ रहा वा इत्थे थाणा हुंदा सीगा पहला हुण इत्थों थाणा बदल के बाजार दे उपरले पासे बाहर निकल गया पहला बाजार दे विच हुंदा सी बड़ी ट्रैफिक पैंदी सी ते थाणा जिहड़ा ओह बड़ा खराब सीगा नीवा सी पुरानी बिल्डिंग सी हुण बिल्डिंग सारी ढा के ते सारी बिल्डिंग हुण बन गई आ बाहरले पासे जाके ते ट्रैफिक दा इस टाइम काफ़ी सारा बिजी टाइम आ जी बिजी टाइम दे विच ट्रैफिक चल रही है ते तुसीं देख सकदे आ भाई दीपक होणी दीपक टेलीकॉम मलौद दिवाली के शुभ त्यौहार से दिवाली का दिवाली धमाका तो बई होनी अंदरले पासे बैठे ने बड़ा सोहना बई होनी काम करते हैं मैनू 15 साल हो गए बई होना देखते हैं बाकी बई आप दसणगे भी इन्होंने किन्ने साल हो गए ये काम करते हैं सो जिनी बारी भी असी पंजाब दे विच आई दा सो पंजाब दे विच आके बई होना मिलेगा कलजीत आ फट एक बारी बई होना मिलेगा जिन्हें भी फोनों के काम ने सारे बई होना तो ही करवाई देने आके बड़ा वधिया काम करते हैं कोई नवा फोन लैना कोई पुराना फोन लैना तुम उदा भी इन्हों यूट्यूब से देखे होना बई होना यूट्यूब से बड़ी सोहनिया वीडियो पाते हैं तो नाल दी नाल बई होनी बड़े हसमुख ने बड़ी मेहनत करते हैं तो इन्हों का बेटा भी नाल हों बई होनी मलौद तो ही ने काफ़ी टाइम हो गया इन्होंने इस बिजनेस के हर तरह के फोन तुम कोई फोन ठीक करा कोई फोन सेल करना अपना पुराना फोन कोई नवा फोन इतों तुम लैके जाना वा कोई एसैसरी लैके जानी आ हूँ तो इन्हों को टीवी फ्रिजा कूलर गीजर एसी इदा की भी कोई चीज़ लैनी आदि दुकान इन्होंने बई होना ने अलग की है पर इतने खास करके फोनों का जोड़ा काम आ बई होनी इतने फोनों का काम संभालते हैं सो इस टाइम तुम एक बार कैमरा घुमा के जरूर देख लो जी ट्रैफिक इस टाइम काफ़ी सारी हो गया क्योंकि ट्रैफिक टाइम है जिम्मे अपने ट्रैफिक टाइम हों 2-3 बजे इतने भी 2-3 बजे ट्रैफिक टाइम हों क्योंकि 2-3 बजे ही कोई लंच में निकलता बच्चों स्कूलों में छुट्टियां होंगे ने टीचर निकलते हैं दफ्तर के बच्चे इस टाइम छुट्टियां हो जाए ने छुट्टी हो जाती है तो ट्रैक्टर भी सामने बड़ा सोहना महिंद्रा 650 DI ट्रैक्टर सामने आ रहा बड़ा सोहना ट्रैक्टर आ जी नवे मॉडल का ट्रैक्टर आते बच्चों छुट्टी हुई है स्कूल बैन भी इस टाइम आ गई है तो बई हुणी बिजी होंदे ने सो मेरा दिल तो नहीं करता भी बई होना जाके बिजी टाइम के इन्हों गलबात करिए पर फिर भी थोड़ी गलबात आप दीपे बई होना करावे सो मेरिया बड़ी बई होना यादा जुड़िया ने क्योंकि जो मैं इतने पढ़ता हूँ शहर के तो बई दीपे होना तो फोन लेके जाता हूँ तो बई होनी बिजी ने तो एक आ चीज़ होंगी है जिदे सिम मिलते हैं इतने थले डिगया पाया 5G+ Airtel तो बई होना नंबर भी है पर मैं नंबर नहीं दिखाऊंगा जी नंबर तो मैं धर लेना हथ तो ये सिम कार्ड कोई नवा लैके गया तो नवा फोन लैके गया होना बई होना ने दे लिया मुछा नू बटा तो बई की हाल चाल ने ठीक ठाक क्या बात है आ जाओगे ना की हाल चाल ने भरा दे बहुत वधिया सत श्री अकाल ठीक हो एन वधिया बई चढ़दी गला किदा चलता काम कर बहुत वधिया बहुत कृपा जी भगवान दी बई वैसे तो हुण तुहानू सारे जानदे आ क्योंकि यूट्यूब ते असीं तुहानू देखदे ही रहिंदे आ फेसबुक ते यूट्यूब ते ठीक है एक बारी परिवारां नू कनेडा वालिआं नू अमेरिका वालिआं नू परिवार नू अपने बारे जरूर दस्सिओ जी ना अपने बारे हाँ जी सारिआं नू सत श्री अकाल जी जय माता दी मैं दीपक सिंगला दीपक मलौद दे नाम ते जाणिआ जांदा मलौद मेरा शहर है हाँ पंजाब दे विच आ इंडिया दे विच ते
एक भी है बई भी मेरे ख्याल तुसी किन्ने के टाइम तो हैगे इस बिजनेस दे विच मेनू हो गए जी तकरीबन ला लो तुसी 2007 दे विच मैं कम स्टार्ट कीता सी अज 2023 चल रहा 23 हो गया 23 साल हो गए जी मेनू बाकी दनु बड़ी व्यवस्था पाई पई होरन की चक्कर की मेनू अपने काम दा की मतलब है यार क्योंकि देखदा रहना मैं भी एक देखदे रहना क्योंकि लोग देखदे ने पर मैं नहीं इना ध्यान दंदा मैं अपने काम दे उत्ते ज्यादा फोकस देना जी मेनू कोई मतलब नहीं है किसी नाल भी मतलब किसी दे बारे भी मैं नहीं देखदा कि कोई की सोचदा मेरे बारे या कोई की करदा की नहीं करदा ते भाई जिन्ने भी थोड़े कोले परिवार आउंदे आ मैं बड़ा देखदा भी हरेक बंदा सैटिस्फाई होके जांदा तुहाडे कोल मेरी कोशिश हुंदी आ आउंदे जे असीं आए जे करके ने मैं खुद असीं आ चुप कीते जाणा पर जदों तुहाडे कोल दसदी जाने ना की इदां दा की तुहानूं देख के की हो जांदा की वीरे इह हुंदा मकसद के जदों आपां अपने आप नूं इधरली स्टेज ते बैठ के सोचिए फीलिंग्स नाल कि मैं अपने आप नूं इह कुर्सी ते बैठ के नहीं सोचदा मैं फिर जदों कोई कस्टमर आंदा मैं जिवें आ वीरा खड़ा वा मैं अपने आप नूं इत्थे सोचदा कि मैं अगर किसे कोले जावां ਤਾਂ ਫਿਰ ਮੇਰੇ ਕੀ ਵਿਊ ਹੋਣਗੇ ਉਹਦੇ ਬਾਰੇ ਬਿਲਕੁਲ ਇਹ ਇਹ ਸੋਚ ਕੇ ਹੀ ਮੈਂ ਗੱਲ ਕਰਦਾ ਬੰਦੇ ਨਾਲ ਹੋਰ ਕੋਈ ਮਤਲਬ ਮੈਂ ਸਾਰਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਦਾਂ ਹੀ ਸੋਚਣਾ ਚਾਹੀਦਾ ਹਰੇਕ ਬਿਲਕੁਲ ਚਾਹੀਦਾ ਵੀ ਇਦਾਂ ਹੀ ਕਿਉਂਕਿ ਛੋਟੀ ਜੀ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਜਾਨੀ ਐਨ ਘੈਂਟ ਜਿਉ ਕੇ ਜਾਓ ਜਿੰਨੀ ਕੁ ਵੀ ਜ਼ਿੰਦਗੀ ਹੈ ਬਿਲਕੁਲ ਬਿਲਕੁਲ ਤੇ ਬਈ ਫੋਨਾਂ ਦਾ ਕਿਵੇਂ ਚੱਲਦਾ ਅੱਜ ਕੱਲ ਵਧੀਆ ਚੱਲੀ ਜਾਂਦਾ ਫੋਨ ਦੀਵਾਲੀ ਲੰਘ ਕੇ ਗਈ ਆ ਫੋਨ ਤਾਂ ਚੱਲੀ ਜਾਣੇ ਨੇ ਜੀ ਇਹ ਤਾਂ ਇੱਕ ਚੱਲਣ ਵਾਲੀ ਆਈਟਮ ਆ ਇਹ ਰੁਕਣ ਵਾਲੀ ਆ ਰੁਕਣ ਵਾਲੀ ਵੀ ਚੱਲਣੀ ਇਹਦਾ ਰੋਜ਼ ਨਵੇਂ ਮਾਡਲ ਆਉਂਦੇ ਨੇ ਹਰੇਕ ਨੂੰ ਨਵੇਂ ਮਾਡਲ ਚਾਹੀਦੇ ਨੇ ਬਿਲਕੁਲ ਅੱਜ ਕੁਛ ਆ ਕੱਲ ਨੂੰ ਕੁਛ ਆ ਉਸ ਤੋਂ ਅੱਗੇ ਕੁਛ ਆ ਇਹ ਵਪਾਰ ਰੁਕਣ ਵਾਲਾ ਨਹੀਂ ਹੈਗਾ ਹਾਂ ਇਹ ਚੱਲੀ ਜਾਣਾ ਜੀ ਤੇ ਬਈ ਜੀ ਅੱਜ ਤੋਂ ਮੈਨੂੰ ਲੱਗਦਾ ਵੀ ਜੇ ਸਾਲ ਕੁ ਪਹਿਲਾਂ ਗੱਲ ਕਰੀਏ 2 ਸਾਲ ਪਹਿਲਾਂ ਦੀ ਗੱਲ ਕਰੀਏ ਜਦੋਂ ਕੋਈ ਆਈਫੋਨ ਲੈਣਾ ਹੁੰਦਾ ਸੀਗਾ ਤਾਂ ਇਹ ਸੋਚਦੇ ਵੀ ਯਾਰ ਲੁਧਿਆਣੇ ਜਾਈਏ ਲੁਧਿਆਣੇ ਕਿੱਥੋਂ ਇੱਕ ਅੱਧੀ ਕੋਈ ਹੁੰਦੀ ਸੀ ਫਿਰ ਚੰਡੀਗੜ੍ਹ ਸੋਚ ਦਿੰਦੇ ਜਾਂ ਹੁਣ ਮਲੌਦ ਦੇ ਵਿੱਚ ਸਾਨੂੰ ਇਹ ਸਹੂਲਤ ਮਿਲ ਗਈ ਸਾਰੇ ਮਿਲਦੇ ਨੇ ਆਪਣੇ ਕੋਲ ਹਾਂ A to Z ਹਾਂ ਸਾਰੇ ਆਈਫੋਨਾਂ ਦੇ ਵਿੱਚ ਬੜੀ ਤਰਥੱਲੀ ਮਚਾਈ ਬੈਠੇ ਹੁੰਦੇ ਸੀ ਆਈਫੋਨ ਮਿਲਦੇ ਨੇ ਆਈਫੋਨ ਮਿਲਦੇ ਨੇ ਸੈਮਸੰਗ ਮਿਲਦਾ ਸੈਮਸੰਗ ਦੀ ਸਾਰੀ ਰੇਂਜ ਮਿਲਦੀ ਹੈ ਟੋਟਲ ਰੇਂਜ ਦਾ ਆਪਣੇ ਕੋਲੇ ਐਸ ਸੀਰੀਜ਼ ਵੀ ਮੇਰੇ ਕੋਲੇ ਹੈਗੀ ਸਾਰੀ ਹਾਈ ਤੋਂ ਹਾਈ ਰੇਂਜ ਜੇ ਅਗਲਾ ਜੇਕਰ ਆਪਾਂ ਕਹੀਏ ਕਿ 1,24,000 ਰੁਪਏ ਦਾ ਮੋਬਾਈਲ ਆ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਇਸ ਟਾਈਮ ਕੀ ਬਾਤ ਹੈ ਨਾਲ ਦੀ ਨਾਲ ਜਦੀ ਦੇ ਨਾਲ ਦੀ ਨਾਲ ਮਿਲ ਜਾਂਦਾ ਔਰ ਕਿਸ਼ਤਾਂ ਦੇ ਮਿਲ ਜਾਂਦਾ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਆਪਣੇ ਬੱਚੇ ਕਹਿੰਦੇ ਸੀ ਕਿ ਵੀ ਆਪਾਂ ਬਾਹਰਲੇ ਮੁਲਕ ਚੱਲੇ ਜਾਂਦੇ ਆ ਕੈਨੇਡਾ ਚੱਲੇ ਜਾਂਦੇ ਆ ਅਮਰੀਕਾ ਚੱਲੇ ਜਾਂਦੇ ਆ ਆਸਟ੍ਰੇਲੀਆ ਚੱਲੇ ਜਾਂਦੇ ਆ ਉੱਥੇ ਵੀ ਨਾਲ ਦੀ ਨਾਲ ਜਾ ਕੇ ਮੋਬਾਈਲ ਲੈ ਲੈਂਦੇ ਆ ਉਹ ਇੱਥੇ ਵੀ ਇਹੀ ਸਿਸਟਮ ਆ ਹਾਂ ਇੱਥੇ ਤੁਸੀਂ ਐਪਲ ਦਾ ਮੋਬਾਈਲ ਲਵੋ 1,35,000 ਰੁਪਏ ਵਾਲਾ ਜਿਹੜਾ ਨਵਾਂ ਮਾਡਲ 15 ਪ੍ਰੋ ਮੈਂ ਉਹਦੀਆਂ 24 ਕਿਸ਼ਤਾਂ ਬਣਾ ਦੂੰਗਾ 2 ਸਾਲ ਦੀਆਂ ਹਾਂ ਬਹੁਤ ਈਜ਼ੀ ਕਿਸ਼ਤ ਬਣਦੀ ਹੈ ਉਹੀ ਚੀਜ਼ ਆ ਸੇਮ ਹੀ ਉਹੀ ਚੀਜ਼ ਆ ਕੈਨੇਡਾ ਸੇਮ 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 ਡਿੱਟੋ ਬਸ ਇਹ ਆ ਕਿ ਇੱਥੇ ਕੰਮ ਨਹੀਂ ਕਰਦੇ ਬੱਚੇ ਆਪਣੇ ਮਾਤਾ ਪਿਤਾ ਦੀ ਇਨਕਮ ਤੋਂ ਲੈਂਦੇ ਨੇ ਉੱਥੇ ਬਸ ਕੀ ਆ ਨਾਲ ਨਾਲ ਕੰਮ ਕਰਦੇ ਨੇ ਨਾਲ ਨਾਲ ਕਿਸ਼ਤਾਂ 'ਚ ਪਹਿਲੀ ਵਾਰੀ ਜਦੋਂ 2005 'ਚ ਗਿਆ ਮੈਂ ਉਹ ਖੁੱਲਣ ਵਾਲਾ ਫੋਨ ਲਿਆ ਸੀਗਾ ਉਦੋਂ ਵੀ ਮੈਂ ਕਿਸ਼ਤਾਂ 'ਤੇ ਲਿਆ ਜਾ ਕੇ ਫਲਿੱਪ ਫੋਨ ਫਲਿੱਪ ਫੋਨ ਜਿਹੜਾ ਸੀਗਾ ਉਹਦੀ ਮਹੀਨੇ ਦੀ $5 ਕਿਸ਼ਤ ਬਣੀ ਸੀਗੀ $25 ਬਿੱਲ ਸੀਗਾ $30 'ਚ ਤੇ ਮੈਂ ਫੋਨ ਵੀ ਚਲਾਉਂਦਾ ਸੀ ਫਲਿੱਪ ਵਾਲਾ ਤੁਸੀਂ ਆਪਣੇ ਮੰਮੀ ਪਾਪਾ ਦੇ ਨਾਮ 'ਤੇ ਤਾਂ ਨਹੀਂ ਲਿਆ ਨਾ ਆਪਣੇ ਨਾਮ 'ਤੇ ਲਿਆ ਆਪਣੇ ਨਾਮ 'ਤੇ ਔਰ ਕਿਸ਼ਤਾਂ ਕਿੰਨੇ ਭਰਾਈਆਂ ਨੇ ਮੈਂ ਹੀ ਭਰਾਈਆਂ ਕੰਮ ਕਰਕੇ ਭਰਾਈਆਂ ਬਿਲਕੁਲ ਭਰਾਈਆਂ ਯਾਰ ਇੱਥੇ ਵੀ ਇਹੀ ਹੋਣਾ ਚਾਹੀਦਾ ਇੱਥੇ ਕੀ ਕਰਦੇ ਆ ਆਪਾਂ ਇੱਥੇ ਬੱਚੇ ਨੇ ਆਪਣੇ ਮੰਮੀ ਪਾਪਾ ਦੇ ਨਾਮ ਤੇ ਲੈਂਦੇ ਜੀ ਫਿਰ ਉਹਨਾਂ ਦੇ ਮੰਮੀ ਪਾਪਾ ਭਰਾਉਂਦੇ ਨੇ ਫਿਰ ਉਹ ਵਿਚਾਰੇ ਔਖੇ ਹੋ ਜਾਂਦੇ ਨੇ ਕਈ ਵਾਰ ਬਈ ਮਹਿੰਗਾਈ ਦੇ ਜਮਾਟ ਹੁਣ ਮਹਿੰਗਾਈ ਬਹੁਤ ਆ ਪਰ ਜੇ ਆਪਾਂ ਤੁਹਾਡੀ ਸ਼ਾਪ ਤੇ ਆਕੇ ਦੇ ਫਿਰ ਲੱਗਦਾ ਯਾਰ ਮਹਿੰਗਾਈ ਨਹੀਂ ਗੀ ਵੀ ਜੇ ਮਹਿੰਗਾਈ ਹੁੰਦੀ ਤਾਂ ਲੋਕ ਕਿੰਨੇ ਕਿੰਨੇ ਪ੍ਰੋਡਕਟ ਕਿਦਾਂ ਕਰਦੇ ਬ੍ਰਦਰ ਉਹਨਾਂ ਲਈ ਆ ਜਿਹੜੇ ਕੰਮ ਨਹੀਂ ਕਰਦੇ ਹਾਂ ਬਿਲਕੁਲ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਇਨਕਮ ਮਿਲਦੀ ਆ ਉਹਨਾਂ ਨੂੰ ਸੋਰਸ ਹੈਗੇ ਨੇ ਉਹਨਾਂ ਲਈ ਮੰਨਦੇ ਆ ਮਹਿੰਗਾਈ ਹੈਗੀ ਮਹਿੰਗਾਈ ਹੈਗੀ ਪਰ ਇੰਨੀ ਵੀ ਮਹਿੰਗਾਈ ਨਹੀਂ ਹੈਗੀ ਜੀ ਜੀ ਆਪਾਂ ਅਦਰ ਕੰਟਰੀਆਂ ਦੇਖ ਲਈਏ ਤਾਂ ਆਪਣਾ ਭਾਰਤ ਉਸ ਤੋਂ ਬਹੁਤ ਜ਼ਿਆਦਾ ਸਹੀ ਆ ਬਿਲਕੁਲ ਅਦਰ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਆ ਬਹੁਤ ਜ਼ਿਆਦਾ ਮਹਿੰਗਾਈ ਆ ਆਪਣੇ ਇੰਡੀਆ ਨਾਲੋਂ ਪਰ ਨਹੀਂ ਇੱਥੇ ਨਹੀਂ ਹੈਗੀ ਇੱਥੇ ਦਾਲਾਂ ਸਬਜ਼ੀਆਂ ਆਪਾਂ ਖੁਦ ਬੀਜਦੇ ਹਾਂ ਸਬਜ਼ੀਆਂ ਘਰ ਘਰ ਬੀਜਦੇ ਨੇ ਲੋਕ ਬਿਲਕੁਲ ਨਾਲੇ ਇਹ ਗੱਲ ਬਿਲ ਬਾਈ ਤੁਸੀਂ ਵਧੀਆ ਕਰੀਏ ਵੀ ਦਾਲਾਂ ਸਬਜ਼ੀਆਂ ਘਰ ਬੀਜਦੇ ਵੀ ਜੀਨੇ ਮਿਹਨਤ ਕਰਨੀ ਆ ਉਹ ਬੰਦਾ ਚਾਹੇ ਕਹਿੰਦੇ ਨੇ ਵੀ ਹੁਣ ਮਰੇਲਕੋਟਲੇ ਦੀ ਗੱਲ ਕਰ ਲਈ ਮਰੇਲਕੋਟਲੇ ਦੇ ਵਿੱਚ ਕਿੰਨੀਆਂ ਕੁ ਜ਼ਮੀਨਾਂ ਨੇ ਕਿਸੇ ਕੋਲੇ 1/2 ਕਿੱਲਾ ਜ਼ਮੀਨ ਆ ਕਿਸੇ ਕੋਲੇ 2 ਵਿਘੇ ਜ਼ਮੀਨ ਆ ਕਿਸੇ ਕੋਲੇ 1 ਕਿੱਲਾ ਜ਼ਮੀਨ ਆ ਕੋਈ ਤਾਂ ਘੜਾ ਉਹਦੇ ਕੋਲੇ 4-5 ਕਿੱਲੇ ਜ਼ਮੀਨ ਉਹਦੇ 'ਚੋਂ ਸਾਰੀ ਜ਼ਿੰਦਗੀ ਉਹਦੇ ਵਿੱਚ ਕਿੱਡੀ ਇਨਕਮ ਕੱਢਦੇ ਆ ਕਿੰਨੀ ਛੋਟੀ ਖੇਤੀ ਦੇ ਵਿੱਚੋਂ ਬਿਲਕੁਲ ਜੀ ਬਿਲਕੁਲ ਬਿਲਕੁਲ ਮਿਹਨਤ ਜ਼ਰੂਰ ਕਰਨੀ ਚਾਹੀਦੀ ਬਈ ਕਿਹੜੇ ਕਿਹੜੇ ਮਾਡਲ ਆਪਣੇ ਕੋਲੇ ਕਹਿੰਦੇ ਕਿਹੜਾ ਮਾਡਲ ਅੱਜ ਕੱਲ੍ਹ ਜ਼ਿਆਦਾ ਚੱਲਦਾ ਜਿਹੜਾ ਜ਼ਿਆਦਾ ਵਿਕਦਾ ਵੀ ਬਹੁਤ ਜ਼ਿਆਦਾ ਵੈਸੇ ਤਾਂ ਜੇ ਆਪਾਂ ਲਾਈਏ ਆਪਣਾ ਜਿਹੜਾ ਏਰੀਆ ਇੱਥੇ ਨਾ ਜਿਹੜਾ ਮਾਡਲ ਜ਼ਿਆਦਾ ਚੱਲਦਾ ਇੱਥੇ ਚੱਲਦਾ 15 ਤੋਂ ਲੈ ਕੇ 20-25,000 ਦੀ ਰੇਂਜ ਦੇ ਵਿੱਚ 10 ਵਾਲੇ 10 ਤੋਂ ਲੈ ਕੇ 15 ਵੀ ਜ਼ਿਆਦਾ ਚੱਲਦਾ 15 ਤੱਕ ਫਿਰ ਉਸ ਤੋਂ ਬਾਅਦ 20-25 ਦੇ ਵਿੱਚ ਜਿਹੜੀ ਹਾਈ ਰੇਂਜ ਦਾ ਜਿਵੇਂ 50 ਤੋਂ ਲੈ ਕੇ ਆਪਾਂ 1,00,000 ਲਾ ਲਈਏ ਉਹ ਨਹੀਂ ਜ਼ਿਆਦਾ ਉਹਦੀ ਰੇਸ਼ੋ ਘੱਟ ਹੈ ਆਪਣੇ ਏਰੀਏ ਦਾ ਨਾ ਜਿਹੜਾ ਇੱਥੇ ਦਾ ਸਨੈਰੀਓ ਆ ਇੱਥੇ ਦਾ ਸਨੈਰੀਓ ਇਹੀ ਆ ਜ਼ਿਆਦਾ ਰੇਂਜ ਜਿਹੜੀ ਹੈਗੀ ਆ 10 ਤੋਂ ਲੈ ਕੇ 15 10 ਵਾਲਾ ਗਾਹਕ ਹੈ ਉਹ 12 ਤੱਕ ਚਲਾ ਜਾਂਦਾ 13 ਤੱਕ ਚਲਾ ਜਾਂਦਾ 12 ਵਾਲਾ ਗਾਹਕ 15-16 ਤੱਕ ਚਲਾ ਜਾਂਦਾ
ਤੇ ਬਈ ਜਿਹੜੇ ਯੂਜ਼ਡ ਫੋਨ ਆ ਤੁਸੀਂ ਉਹ ਵੀ ਲੈ ਲੈਣੇ ਹੋ ਬਿਲਕੁਲ ਉਹ ਯੂਜ਼ਡ ਫੋਨ ਲੈ ਕੇ ਲੈਣੇ ਨਾ ਨਾਲ ਦੀ ਨਾਲ ਹੀ ਦੇ ਦਿੰਦੇ ਮੈਂ ਹੁਣੀ ਕੱਟਿਆ ਤੁਹਾਨੂੰ ਦੁਕਾਨ ਨੂੰ ਯੂਜ਼ਡ ਫੋਨ ਲੈ ਲੈਂਦੇ ਆ ਤੇ ਉਹਨਾਂ ਨੂੰ ਨਵਾਂ ਫੋਨ ਦੇ ਆਈਫੋਨ ਕੱਟਿਆ 11 ਪ੍ਰੋ ਨਾਲ ਦੀ ਨਾਲ ਵਿਦ ਬਾਕਸ ਅੱਛਾ ਇਹ ਹੈਗਾ 11 11 ਬੜਾ ਸੋਹਣਾ ਕਲਰ ਆ 11 ਪ੍ਰੋ ਹਾਂਜੀ ਬਹੁਤ ओरिजिनल पीस विद बॉक्स ਤੇ ਜਿਹਦੀ ਦੇਖੇ ਕਿੰਨੀ ਕਿ ਰੇਂਜ ਕਿੰਨੇ ਕ ਦਾ ਹੋ ਵੀਰੇ ਇਧਰ ਹੈਗਾ ਆਪਣੇ 28,000 ਰੁਪਏ ਦਾ ਇਹ 28,000 ਦਾ ਤੇ ਨਾਲ ਬਾਕਸ ਸਾਰਾ ਕੁਝ ਤੁਸੀਂ ਨਾਲ ਆਲ ਓਵਰ ਬਿਲਕੁਲ ਜੀ ਜਿਨ੍ਹਾਂ ਨੇ ਇਦਾਂ ਦੇ ਫੋਨ ਲੈਣੇ ਨੇ ਬਿਲਕੁਲ ਨਵੇਂ ਵਰਗਾ ਫੋਨ ਆ ਤੁਸੀਂ ਆਹ ਫੋਨ ਬਾਈ ਹੁਣਾਂ ਕੋਲੋਂ ਆ ਕੇ ਲਿਜਾ ਸਕਦੇ ਆ ਤੇ ਬਹੁਤ ਸੋਹਣਾ ਫੋਨ ਆ ਤੇ ਬਈ ਖਾਸ ਕਰਕੇ ਕਿ ਵੀ ਹੁੰਦਾ ਵੀ ਜਿਹੜੀ ਤੁਹਾਡੀ ਟੀਮ ਆ ਮੈਂ ਕਹਿੰਦਾ ਜਿੰਨੇ ਵੀ ਮੁੰਡਿਆਂ ਨੂੰ ਮੈਂ ਆ ਕੇ ਮਿਲਦਾ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਕਿਉਂਕਿ ਟੀਮ ਨਾਲ ਆਪਾਂ ਵੱਡੇ ਆ ਉਹ ਬੜਾ ਸੋਹਣਾ ਮਿਹਨਤ ਕਰਦੇ ਨੇ ਬੜਾ ਸੋਹਣਾ ਕੰਮ ਕਰਦੇ ਨੇ ਸਾਰੇ ਮੁੰਡੇ ਉਹ ਫਰਕ ਹੁੰਦਾ ਜੀ ਹੁਣ ਜੇ ਹੁਣ ਮੈਂ ਹੀ ਇੱਥੇ ਗਲਤ ਕੰਮ ਕਰੀ ਜਾਊਂਗਾ ਬੈਠਾ ਫਿਰ ਉਹਨਾਂ ਤੇ ਕੀ ਅਸਰ ਹੋਊਗਾ ਹੈ ਨਾ ਜੀ 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 ਜਦੋਂ ਉਹਨਾਂ ਨੂੰ ਪਤਾ ਕਿ ਮੈਂ ਕੰਮ ਦੇ ਵਿੱਚੋਂ એનર્ਜੀ ਲੈਣਾ ਮੇਨ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜਾ ਮੇਰਾ ਇੰਟਰਵਿਊ ਸੁਣ ਰਿਹਾ ਜੀ ਵੀਰ ਜੀ ਆਏ ਇੱਕੋ ਲਖਤ ਮੈਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਮੇਰੇ ਇਦਾਂ ਆ ਕੇ ਮਾਈਕ ਟੰਗ ਦੇਣਾ ਜੀ ਮੈਨੂੰ ਮੌਕਾ ਹੀ ਨਹੀਂ ਦਿੱਤਾ ਕੁਝ ਸੋਚਣ ਦਾ ਹੈ ਨਾ ਜੀ 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 ਮੇਨ ਗੱਲ ਕੀ ਹੁੰਦੀ ਆ ਕਿ ਕੰਮ ਦੇ ਵਿੱਚੋਂ એનર્ਜੀ ਲੈਣੀ ਚਾਹੀਦੀ ਆ ਕੋਈ ਸਿਗਰਟ ਪੀ ਕੇ એનર્ਜੀ ਲੈਂਦਾ ਹਾਂ ਠੀਕ ਹੈ ਕੋਈ ਦਾਰੂ ਪੀ ਕੇ એનર્ਜੀ ਲੈਂਦਾ ਬਿਲਕੁਲ ਵਿਸਕੀ ਮਿਲਣੀ ਚਾਹੀਦੀ ਆ ਹੈ ਨਾ ਕਿਸੇ ਨੂੰ ਧੁੱਪ ਤੋਂ એનર્ਜੀ ਮਿਲਦੀ ਆ ਕਿਸੇ ਨੂੰ ਆਰਾਮ ਤੋਂ એનર્ਜੀ ਮਿਲਦੀ ਆ ਨੀਂਦ ਤੋਂ એનર્ਜੀ ਮਿਲਦੀ ਆ ਮੇਨ ਜਿਹੜੀ એનર્ਜੀ ਆ ਉਹ ਕੰਮ ਤੋਂ એનર્ਜੀ ਹੋਣੀ ਚਾਹੀਦੀ ਆ ਬਿਲਕੁਲ ਜਿਹੜਾ ਬੰਦਾ ਕੰਮ ਦੇ ਵਿੱਚੋਂ એનર્ਜੀ ਲੈਂਦਾ ਹਾਂ ਤੁਸੀਂ ਹੱਸਦਾ ਖੇਡਦਾ ਚਿਹਰਾ ਮੇਰਾ ਹੁਣ ਵੀ ਦੇਖਦੇ ਹੋ ਜੀ ਔਰ ਰਾਤ ਨੂੰ ਆਜੋ 8 ਵਜੇ ਬਿਲਕੁਲ ਬਾਈ ਉਦੋਂ ਵੀ ਇਦਾਂ ਹੀ ਮਿਲੂ ਮੈਂ ਤਾਂ ਗਵਾਹ ਇਹ ਚੀਜ਼ ਦਾ ਕਿਉਂਕਿ ਮੇਰੀ ਬਾਈ ਹੁਣ ਨਾਲ ਨਾਲ ਗੱਲਬਾਤ ਹੁੰਦੀ ਰਹਿੰਦੀ ਅਸੀਂ ਫੋਨ ਤੇ ਗੱਲਬਾਤ ਕਰਦੇ ਰਹਿੰਦੇ ਆ ਬੜੇ ਮੇਰੇ ਖਿਆਲ 10 12 ਸਾਲਾਂ ਤੋਂ 15 ਸਾਲਾਂ ਤੋਂ ਅਸੀਂ ਬੜਾ ਵਧੀਆ ਸਾਡਾ ਪਿਆਰਾ ਬਾਈ ਹੁਣ ਨਾਲ ਤੇ ਮੈਨੂੰ ਜਦੋਂ ਵੀ ਲੋਡ ਹੁੰਦੀ ਆ ਵੀ ਮੈਂ ਬਾਈ ਹੁਣ ਨੂੰ ਫੋਨ ਕਰ ਦਿੰਦਾ ਵੀ ਬਾਈ 50,000 ਰੁਪਈਆ ਫਲਾਣੇ ਨੂੰ ਦੇ ਦੇਣਾ ਇਹਨਾਂ ਕੋਲੇ ਦੂਜੀ ਕੋਈ ਗੱਲ ਹੀ ਨਹੀਂ ਹੁੰਦੀ ਉਹ ਕਹਿੰਦੇ ਵੀ ਤੂੰ ਐਂ ਦੱਸ ਵੀ ਫੜਾਉਣੇ ਕਿਹਨੂੰ ਨੇ ਬਸ ਆ ਕੇ ਲੈ ਜਾ 50,000 ਲੱਖ 20,000 10,000 500 400 700 ਸਾਡੀ ਚੱਲਦੀ ਰਹਿੰਦੀ ਆ ਬਾਈ ਹੁਣ ਨਾਲ ਵੀਰੇ ਕੰਮ ਦਾ ਮਤਲਬ ਕੰਮ ਡੈਡੀਕੇਸ਼ਨ ਹੋਣਾ ਚਾਹੀਦਾ ਜੀ ਆਪਣੇ ਕੰਮ ਦੇ ਵਿੱਚ ਪੂਰੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਨਾ ਪੂਰੀ એનર્ਜੀ ਹੋਣੀ ਚਾਹੀਦੀ ਆ ਤੁਸੀਂ ਮੈਨੂੰ ਕਾਲ ਕਰਤੀ ਕੋਈ ਕੰਮ ਕਹਤਾ ਪੈਂਡਿੰਗ ਕਿਵੇਂ ਰਹਿ ਜਾਊਗਾ ਜਦੋਂ ਮੇਰਾ ਦਿਮਾਗ ਹੀ ਕੰਮ ਦੇ ਵਿੱਚ ਕੀ ਬਾਤ ਹੈ ਜਦੋਂ ਕੰਮ ਤੋਂ ਹਟ ਕੇ ਆਪਾਂ ਗੱਲ ਕਰੀਏ ਆਪਣਾ ਮਾਈਂਡ ਦਾ ਸੈਟਅਪ ਹੀ ਗਲਤ ਹੋਵੇ ਜੀ ਕਿਤੇ ਹੋਰ ਪਾਸੇ ਨੂੰ એનર્ਜੀ ਦਈਏ એનર્ਜੀ ਆਪਣੇ ਇੱਕ એનર્ਜੀ ਲੈਵਲ ਆ ਜੀ ਉਹ ਆਪਾਂ ਪੂਰਾ ਪੂਰਾ ਫੋਕਸ ਆ ਜਿਹੜਾ એનર્ਜੀ ਲੈਵਲ ਆ ਕੰਮ ਵੱਲ ਲਗਾਇਆ ਹੋਇਆ ਕੋਈ ਆਪਣੇ ਗੇਮਾਂ ਖੇਲਦਾ ਮੋਬਾਈਲ ਵੱਲ એનર્ਜੀ ਲਾਉਂਦਾ ਜੀ 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 ਕੋਈ ਗਲਤ ਕੰਮ ਵਾਲਾ એનર્ਜੀ ਲਾਉਂਦਾ ਜਿਹਨੂੰ ਕਹਿੰਦੇ ਨੇ ਆਪਾਂ ਆਸ਼ਕੀਆਂ 'ਚ ਪੈ ਜਾਂਦੇ ਨੇ ਲੋਕ ਬਿਲਕੁਲ ਪੈ ਜਾਂਦੇ ਹੈਨਾ ਉਧਰ ਨੂੰ એનર્ਜੀ ਲਾਈ ਜਾਂਦੇ ਨੇ ਸਾਰੀ ਸਾਰੀ ਦਿਹਾੜੀ ਮਤਲਬ ਆਪਣੇ ਮੇਰਾ ਤਾਂ ਮੋਟਿਵ ਇਹ ਆ ਸਵੇਰ 9 ਵਜੇ ਆ ਗਏ ਰਾਤ ਨੂੰ 8 ਵਜੇ ਤੱਕ 11 ਘੰਟੇ ਕੰਮ 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 ਤੇ ਬੇਟਾ ਨਾਲ ਫੋਕਸ ਪੂਰਾ ਬੇਟਾ ਵੀ ਨਾਲ ਆ ਬੇਟਾ ਵੀ ਕਿਵੇਂ ਹਿੱਲ ਜਾਊਗਾ ਬੇਟਾ ਹੁਣ ਪੜਨ ਗਿਆ ਹੋਇਆ ਉਹ ਆਏਗਾ ਉਹ ਸਿੱਧਾ ਮੇਰੇ ਕੋਲੇ ਆਏਗਾ ਮੈਨੂੰ ਵਾਸ਼ਰੂਮ ਕਰਵਾਏਗਾ ਮੈਂ ਵਾਸ਼ਰੂਮ ਜਾਊਂਗਾ ਉਸ ਤੋਂ ਬਾਅਦ ਉਹਨੇ ਟਿਊਸ਼ਨ ਚਲੇ ਜਾਣਾ ਉਸ ਤੋਂ ਬਾਅਦ ਫਿਰ ਮੇਰੇ ਕੋਲੇ ਆ ਜਾਣਾ ਉਹਨੇ ਰਾਤ ਨੂੰ ਉਹਨੇ ਜਿਮ ਲਗਾਣੀ ਆ ਜਿਮ ਚਲੇ ਜਾਂਦਾ ਫਿਰ ਮੇਰੇ ਕੋਲੇ ਤੇ ਆ ਬਾਈ ਹੁਣਾਂ ਦਾ ਚਿਹਰਾ ਦੇਖ ਲਓ ਇਹ ਬਾਈ ਹੁਣ ਮੇਰੇ ਲੱਗਦਾ 6 ਮਹੀਨਾ ਤਾਂ ਮੈਂ ਜ਼ਿਆਦਾ ਕਹਿ ਦਿੰਦਾ ਵੀ ਉਦੋਂ ਪਹਿਲਾਂ ਹੀ ਬਾਈ ਹੁਣੀ ਤੁਸੀਂ ਇਹਨਾਂ ਨੂੰ ਸਰੀ 'ਚ ਦੇਖੋਗੇ ਮੇਰੇ ਨਾਲ ਘੁੰਮਦਿਆਂ ਨੂੰ ਸਰੀ ਦੇ ਵਿੱਚ ਵੀ ਜਾਂਦਾ ਮੈਂ ਨਹੀਂ ਬਣਦਾ ਸਰੀ ਨਾ ਨਾ ਮੈਂ ਲੈ ਕੇ ਜਾਊਂਗਾ ਖਿੱਚ ਕੇ ਕਿਉਂਕਿ ਬਾਈ ਹੁਣਾਂ ਦੀ ਬੇਟੀ ਉੱਥੇ ਸਰੀ ਦੇ ਵਿੱਚ ਹੈ ਜੀ ਤੇ ਮੈਨੂੰ ਬਹੁਤ ਕਹਿੰਦੀ ਆ ਉਹਨੂੰ ਪਰ ਮੈਨੂੰ ਲੱਗਦਾ ਕਿ ਮੇਰੀ ਸੈਟਿੰਗ ਇੱਥੇ ਜਾ ਇੱਕ ਵਾਰ ਤਾਂ ਜਾਵਾਂਗੇ ਖਿੱਚ ਕੇ ਬਾਈ ਅੱਛਾ ਨਹੀਂ ਛੱਡਦੇ ਇੱਕ ਵਾਰ ਤਾਂ ਤੁਹਾਨੂੰ ਦਿਖਾਵਾਂਗੇ ਮੈਂ ਤਾਂ ਸ਼ੁਰੂ ਤੋਂ ਬਾਈ ਸਰੀ ਆ ਕੇ ਜੇ ਕੋਈ ਸਰੀ ਮੈਨੂੰ ਦੇਖ ਰਿਹਾ ਜੀ ਦੀਪਕ ਮਲੌਦ ਹੈਨਾ ਔਰ ਮੇਰਾ ਚੈਨਲ ਹੈ ਇੰਸਟਾਗ੍ਰam ਤੇ ਫੇਸਬੁੱਕ ਤੇ ਔਰ ਯੂਟਿਊਬ ਤੇ ਜੀ ਉਹਨਾਂ ਦਾ ਤਿੰਨਾਂ ਦਾ ਚੈਨਲਾਂ ਦਾ ਨਾਮ ਇੱਕੋ ਹੀ ਹੈ ਦੀਪਕ ਮਲੌਦ ਮਲੌਦ ਦੇ ਸਪੈਲਿੰਗ ਨੇ ਐਮ ਏ ਐਲ ਏ ਯੂ ਡੀ ਐਚ ਮਲੌਦ ਮਲੌਦ ਠੀਕ ਹੈ ਜੀ ਦੀਪਕ ਮਲੌਦ ਜੀ ਤੁਸੀਂ ਫਾਈਂਡ ਕਰੋ ਮੈਂ ਜ਼ਰੂਰ ਤੁਹਾਨੂੰ ਆ ਕੇ ਮਿਲੂੰਗਾ ਸਰੀ ਵਾਲਿਆਂ ਨੂੰ ਹੈਲੋ ਹਾਈ ਕਰੂੰਗਾ ਬਿਲਕੁਲ ਮਿਲਾਂਗੇ ਜੀ ਤੁਸੀਂ ਮੇਰੇ ਨਾਲ ਬਾਈ ਨੂੰ ਬੜੀ ਛੇਤੀ ਦੇਖੋਗੇ ਬਾਈ ਹੁਣੇ ਤਾਂ ਐਵੇਂ ਬਿਆਨ ਦੇਈ ਜਾਂਦੇ ਨੇ ਵੀ ਮੈਂ ਸ਼ਾਇਦ ਘਟਾਂ ਵਾ ਪਰ ਆਉਣਗੇ ਪੱਕਾ 100% ਇਹ ਮੇਰੀ ਗਾਰੰਟੀ ਆ ਸੋ ਸਾਨੂੰ ਘੁੰਮਦਿਆਂ ਨੂੰ ਤੁਸੀਂ ਜਦੋਂ ਵੀ ਦੇਖਣਾ ਅਸੀਂ ਇਕੱਠੇ ਹੋ ਸਕਦੇ ਹਾਂ ਸਿਕੰਦਰ ਵੀਰੇ ਉਹਦਾ ਕੀ ਹਾਲ ਚਾਲ ਆ ਬਹੁਤ ਕੀ ਬਾਤ ਆ ਬਈ ਕਮਾਲ ਹੋਈ ਪਈ ਆ ਮੈਂ ਹੁਣ ਤੁਹਾਡਾ ਇੰਟਰਵਿਊ ਲੈ ਰਿਹਾ ਹਾਂ ਬੜਾ ਵਧੀਆ ਹਾਂ ਸਹੀ ਆ ਬੜਾ ਵਧੀਆ ਬਈ ਐਂ ਚੱਲਦਾ ਘੈਂਟ ਵਧੀਆ ਜ਼ਿੰਦਗੀ ਜਿਉਂਦੇ ਆ ਕੰਮ ਕਰੀਏ ਨਾ ਉਹੀ ਗੱਲ ਆ ਵੀ ਕੰਮ ਨੂੰ ਪਿਆਰ ਉਸੇ ਕੰਮ ਨੂੰ ਪਿਆਰ ਕਰਨਾ ਪੈਂਦਾ ਜੇ ਕੰਮ ਨੂੰ ਪਿਆਰ ਕਰਦੇ ਆ ਮੈਂ 2005 ਚ ਗਿਆ ਸੀਗਾ ਜੇ ਮੈਂ ਕੰਮ ਨੂੰ ਪਿਆਰ ਕਰਿਆ ਸੀ ਤਾਂ ਅੱਜ ਮੈਂ ਆ ਬੈਠਾ ਜੇ ਮੈਂ ਕੰਮ ਨੂੰ ਨਾ ਪਿਆਰ ਕਰਦਾ ਤਾਂ ਬਸ ਉੱਥੇ ਫਿਰ ਕਿੱਥੇ ਆ ਹੋਣਾ ਸੀਗਾ 1.5 ਲੱਖ ਰੁਪਏ ਦੀ ਟਿਕਟ ਆ ਸਾਲ ਦੇ ਵਿੱਚ 3 ਵਾਰੀ ਆ ਜਾਂਦਾ ਮੈਂ 3 ਵਾਰੀ ਗੇੜੇ ਲੱਗਦੇ ਨੇ ਮੇਰੇ ਪੁੱਤ ਨਾਲੇ ਉੱਥੋਂ ਚੱਲ ਕੇ ਇੱਥੇ ਤੱਕ ਪਹੁੰਚਣ ਨੂੰ 40 ਘੰਟੇ ਲੱਗ ਜਾਂਦੇ ਆ ਸਾਰੇ ਬੱਸ ਦੇ ਮਿਲਾ ਕੇ ਆਪਣੇ ਜਦੋਂ ਦਿੱਲੀ ਤੋਂ ਇੱਥੇ ਤੱਕ ਮੇਰੀ ਪਹਿਲਾਂ ਵੀ ਤੁਹਾਡੇ ਨਾਲ ਕਿੰਨਾ ਕਿੰਨਾ ਟਾਈਮ 2-2 ਘੰਟੇ ਗੱਲ ਹੁੰਦੀ ਰਹੀ ਆ ਜੀ ਫੋਨ ਤੇ ਯਾਦ ਹੋਊਗਾ ਤੁਹਾਡਾ ਬਿਲਕੁਲ ਬਿਲਕੁਲ ਤੁਸੀਂ ਕੰਮ ਦੇ ਪ੍ਰਤੀ ਹੀ ਜ਼ਿਆਦਾ ਡੈਡੀਕੇਟ ਬਿਲਕੁਲ ਕੰਮ ਤੇ ਹੀ ਜ਼ਿਆਦਾ ਰਹਿਣਾ ਬਹੁਤ ਬਿਜ਼ੀ ਰਹਿਣਾ ਬਈ ਮੈਂ ਸਵੇਰੇ
ਸੋ ਬਾਈ ਹੁਣੇ ਜਿਉਂਦੇ ਰਹਿਣ ਜੀ, ਬੜਾ ਭਰਾ ਮੇਰਾ ਸਾਥ ਦਿੰਦਾ ਬਾਈ, ਤੇ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ, ਕਿਉਂਕਿ ਇੱਥੇ ਮੇਨ ਟੈਨਸ਼ਨ ਕੀ ਹੁੰਦੀ ਹੈ ਪੂਰੀ ਦੁਨੀਆਂ ਦੇ ਵਿੱਚ ਪੈਸੇ ਦੀ, ਪੈਸੇ ਦਾ ਲੈਣ ਦੇਣ ਕਰਨਾ ਹੁੰਦਾ। ਮੈਂ ਉੱਥੇ ਬੈਠਾ ਹੁੰਦਾ, ਮੈਂ ਬਾਈ ਹੁਣਾਂ ਨੂੰ ਫੋਨ ਕਰਦਾ, ਬਾਈ ਹਜ਼ਾਰ 50,000 ਰੁਪਈਆ ਕੁਲਜੀਤ ਆਊਗਾ ਉਹਨੂੰ ਫੜਾ ਦਿਓ, ਜਾਂ 50,000 ਫਲਾਣਾ ਮੁੰਡਾ ਉਹਨੂੰ ਫੜਾ ਦਿਓ ਬਾਈ, ਦੂਜੀ ਗੱਲ ਹੀ ਕੋਈ ਨੀਗੀ। ਹੁਣ ਇੱਕ ਦਿਨ ਅਸੀਂ ਚਾਬੀ ਬਣਾਈ ਸੀਗੀ ਤੇ ਉਹਨੂੰ ਕਿਹਾ ਵੀ ਤੈਨੂੰ ਆ ਕੇ ਦੇ ਕੇ ਜਾਂਦੇ ਪੈਸੇ, ਅਸੀਂ ਬਿਜ਼ੀ ਹੋ ਗਏ ਕਿਤੇ, ਉਹ ਫੋਨ ਤੇ ਫੋਨ ਦੇ ਫੋਨ ਲੈ ਫੋਨ, ਬਾਈ ਦੇ ਦਿਓ ਮੇਰਾ 600, ਦੇ ਦਿਓ ਮੇਰਾ 600। ਫਿਰ ਮੈਂ ਬਾਈ ਹੁਣਾਂ ਨੂੰ ਫੋਨ ਕਰਿਆ, ਬਾਈ ਕਹਿੰਦਾ ਭੇਜ ਦਿਓ ਜੀ ਆਹ ਫੜੋ 600 ਤੁਹਾਡਾ। ਥੈਂਕ ਯੂ ਭਰਾ, ਕੀ ਕਹਿਣਾ ਚਾਹੁੰਗੇ? ਪੈਸੇ ਨੂੰ ਨਹੀਂ ਕੋਈ ਪੈਸਾ ਕੋਈ ਮੁੱਦਾ ਨਹੀਂ ਹੁੰਦਾ, ਹੁਣ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ, ਆਪਾਂ ਤਾਂ ਇੱਕ ਡਾਕੀਆ ਰੂਪ ਆ ਜੀ ਜੀ, ਆਇਆ ਇਧਰੋਂ ਇਧਰੋਂ ਉਧਰ ਜੀ, ਆਪਣਾ ਕੀ ਆ ਡਾਕੀਆ ਰੂਪ, ਬਿਲਕੁਲ ਠੀਕ ਹੈ। ਪੱਤਰ ਕੋਈ ਪਾਉਂਦਾ, ਜਾਂਦੀ ਕਿਸੇ ਕੋਲੇ ਆ, ਡਾਕੀਆ ਦਾ ਕੰਮ ਅੱਗੇ ਚਿੱਠੀ ਫੜਾਉਣਾ। ਕੀ ਬਾਤ ਹੈ, ਪੈਸੇ ਦਾ ਕੋਈ ਐਡਾ ਮੁੱਦਾ ਨਹੀਂ ਹੈਗਾ, ਬਿਲਕੁਲ। ਜ਼ਿੰਦਗੀ ਆ ਨਾ ਜਿਹੜੀ ਉਹ ਇੰਜੋਏ ਕਰਨੀ ਚਾਹੀਦੀ, ਜਿੰਦਾ ਦਿਲੀ ਦੇ ਨਾਲ, ਜਿੰਦਾ ਦਿਲੀ ਦੇ ਨਾਲ। ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕਦੇ ਨਾਲ। ਆਹ ਬਾਈ ਹੁਣ ਨੇ ਬੀਮੈਕਸ ਦੇ ਵਿੱਚ ਮੈਨੂੰ ਲੈ ਕੇ ਗਏ ਸੀਗੇ, ਪਹਿਲੀ ਵਾਰੀ ਮੈਂ ਇਹਨਾਂ ਨਾਲ ਬੀਮੈਕਸ ਦੇ ਵਿੱਚ ਗਿਆ ਸੀ, ਉਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਸੀ ਵੀ ਬੀਮੈਕਸ ਕੀ ਆ, ਤੇ ਫਿਰ ਬੀਮੈਕਸ ਵਾਲੇ ਜਾਣਨ ਜਾਂ ਮੈਂ ਜਾਣਾ, ਮੇਰੀਆਂ ਚੱਪਲਾਂ ਘਸੀਆਂ ਉੱਥੇ ਜਾਂਦੇ ਨੇ। ਮੈਂ ਕਹਿੰਦਾ ਤੁਸੀਂ ਇੱਕ ਵਾਰੀ ਲੈ ਕੇ, ਉਹ ਤੋਂ ਬਾਅਦ ਮੈਂ ਬੀਮੈਕਸ 'ਚ ਹੀ ਰਿਹਾ, ਮੈਂ ਤੇ ਕੁਲਜੀਤ ਜਦੋਂ ਵੀ ਜਾਣਾ ਚੱਲ ਬੀਮੈਕਸ, ਚੱਲ ਬੀਮੈਕਸ, ਵਧੀਆ ਜਗ੍ਹਾ, ਵਧੀਆ ਵਧੀਆ, ਬਹੁਤ ਵਧੀਆ, ਨਾਈਸ ਪਲੇਸ, ਬਿਲਕੁਲ। ਬਾਈ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਪਰਿਵਾਰਾਂ ਨੂੰ ਇਸ ਟਾਈਮ ਦੇਖ ਰਹੇ ਨੇ ਜਿਹੜੇ ਸਕਰੀਨ ਤੇ? ਖੁਸ਼ ਰਹੋ, ਵਧੀਆ ਐਨ ਇੰਜੋਏ ਕਰੋ, ਔਰ ਕੰਮ ਕਰੋ, ਮੇਨ ਕੰਮ ਕਰੋ, ਔਰ ਇਮਾਨਦਾਰੀ ਦੇ ਨਾਲ ਕਰੋ, ਬਿਲਕੁਲ ਡੈਡੀਕੇਸ਼ਨ ਦੇ ਨਾਲ ਕਰੋ, ਫੁੱਲ ਹੋਨੈਸਟੀ ਇਜ਼ ਦਾ ਬੈਸਟ ਪੋਲਿਸੀ। ਇਮਾਨਦਾਰੀ ਦੇ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਕਦੇ ਵੀ ਕਿਸੇ ਦੀ ਵੀ ਲੋੜ ਨਹੀਂ ਪਊਗੀ, ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ, ਬਿਲਕੁਲ ਸਹੀ ਹੈ। ਆਲ ਟਾਈਮ ਤੁਸੀਂ ਹੈਪੀ ਰਹੋਗੇ, ਕੰਡੇ ਕਦੇ ਲਾਈਫ ਦੇ ਵਿੱਚ ਬੀਜਣੇ ਨਹੀਂ ਗਲਤ ਕੰਮ ਕਰਕੇ। ਜੇ ਤੁਸੀਂ ਕੋਈ ਗਲਤ ਕੰਮ ਅੱਜ ਕਰ ਰਹੇ ਹੋ ਤਾਂ ਉਹ ਕਰਮਾਂ ਦਾ ਫਲ ਹੈ, ਤੁਹਾਨੂੰ ਉਹ ਕੰਡੇ ਬੀਜ ਰਹੇ ਹੋ, ਆਉਣ ਵਾਲੇ ਟਾਈਮ ਦੇ ਵਿੱਚ ਉਹ ਤੁਹਾਨੂੰ ਵੱਢਣੇ ਹੀ ਪੈਣਗੇ, ਬਿਲਕੁਲ ਵੱਢਣੇ। ਇਸ ਲਈ ਅਗਰ ਖੁਸ਼ ਰਹਿਣਾ ਚਾਹੁੰਦੇ ਹੋ, ਹੈਪੀ ਰਹਿਣਾ ਚਾਹੁੰਦੇ ਹੋ, ਫੁੱਲ ਹੋਨੈਸਟ ਇਮਾਨਦਾਰੀ ਦੇ ਨਾਲ ਵਰਕ ਕਰੋ, ਆਪਣੇ ਕੰਮ ਵੱਲ ਧਿਆਨ ਦਿਓ। ਡਰਾ ਕਦੋਂ ਨਿਕਲਣਾ? 27 ਨਵੰਬਰ, 27 ਨਵੰਬਰ, ਔਰ ਸ਼੍ਰੀ ਗੁਰਪੁਰਬ ਵਾਲੇ ਦਿਨ, ਗੁਰਪੁਰਬ ਵਾਲੇ ਦਿਨ ਚਾਹੁੰਦਾ ਸੀ ਕਿ ਦੀਪਾਵਲੀ ਵੀ ਮਨਾ ਲਈ ਅਸੀਂ, ਪਰ ਅਸੀਂ ਗੁਰੂਆਂ ਦਾ ਦਿਨ ਵੀ ਮਨਾਈਏ। ਬਿਲਕੁਲ, ਮੇਰਾ ਵੀ ਪਰਚੀ 'ਚ ਨਾਂ ਪਾਇਆ, ਉਹ ਵੀ ਕੱਢ ਦਿਓ। ਮੈਂ ਉਹ ਪਰਚੀ ਪਾਊਂਗਾ, ਕੱਢਣਾ ਮੇਰਾ ਕੰਮ ਨਹੀਂ। ਕਿਆ ਬਾਤ ਹੈ ਬਈ, ਇਹ ਹੋਣਾ ਵੀ ਇੱਦਾਂ ਚਾਹੀਦਾ। ਥੈਂਕ ਯੂ, ਜਿਉਂਦਾ ਰਹਿ ਮੇਰਾ ਭਰਾ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਹੋਰ ਵੀ ਆਪਾਂ ਚੱਲਦੇ ਹਾਂ ਅੱਗੇ, ਤੇ ਜਿਉਂਦੇ ਰਹੋ ਬਈ, ਮਿਲਦੇ ਗਿਲਦੇ ਰਹਾਂਗੇ ਆਪਾਂ, ਤੇ ਤੁਹਾਡਾ ਵੀ ਹਜੇ ਆਧਾਰ ਸੁਧਾਰ ਜਿਹੜਾ ਉਹ ਵੀ ਦੇ ਕੇ ਜਾਣਾ ਹਜੇ। ਕਹਿੰਦੇ ਨੇ ਲੇਖਾ ਮਾਵਾਂ ਧੀਆਂ ਦਾ, ਕਿਆ ਬਾਤ ਹੈ, ਬੜਾ ਵਧੀਆ। ਤੁਸੀਂ ਦੇਖਿਆ ਬਾਈ ਹੁਣੀ ਬੜੇ ਐਨਰਜੀ ਦੇ ਨਾਲ ਗੱਲਬਾਤ ਕਰਦੇ ਨੇ ਜੀ, ਤੇ ਬੜਾ ਮਿੱਠਾ ਤੇ ਬੜਾ ਵਧੀਆ ਸੁਭਾਅ ਬਾਈ ਹੁਣਾਂ ਦਾ। ਤੇ ਜਿੰਨੇ ਵੀ ਪੁਰਾਣੇ ਫੋਨ ਆ ਤੁਸੀਂ ਇਹਨਾਂ ਤੋਂ ਲੈ ਸਕਦੇ ਆ, ਬ੍ਰਾਂਡ ਨਿਊ ਇਹਨਾਂ ਤੋਂ ਫੋਨ ਲੈ ਸਕਦੇ ਆ, ਆਈਫੋਨ ਲੈ ਸਕਦੇ ਆ, ਤੇ ਇਹਨਾਂ ਕੋਲ ਹੋਰ ਬੜਾ ਸਮਾਨ ਇਹਨਾਂ ਕੋਲ ਹੁੰਦਾ ਜੀ। ਤੁਸੀਂ ਇਹਨਾਂ ਤੋਂ ਚੁੱਲ੍ਹੇ ਵੀ ਲੈ ਸਕਦੇ ਆ, ਪ੍ਰੈਸਾਂ ਵੀ ਲੈ ਸਕਦੇ ਆ, ਤੇ ਸਕਰੀਨਾਂ, ਟੀਵੀ ਸਕਰੀਨਾਂ ਜਿਹੜੀਆਂ, ਟੀਵੀ ਵੀ ਲੈ ਸਕਦੇ ਆ, ਬਹੁਤ ਸਾਰਾ ਸਮਾਨ ਹੁੰਦਾ। ਤੇ ਇੱਕ ਗੱਡੀ ਨੈਨੋ ਆ ਰਹੀ ਆ ਬਾਈ, ਮਾੜੀ ਜਿਹੀ ਰੋਡ ਦੇ ਉੱਤੇ ਨੈਨੋ ਗੱਡੀ ਵੀ ਦਿਖਾ ਦਿਓ, ਜਿਹੜੀ ਨੈਨੋ ਇੱਕ ਚੱਲੀ ਸੀ ਜੀ 1,00,000 ਰੁਪਈਏ ਦੀ ਕਾਰ ਹੁੰਦੀ ਸੀਗੀ, ਆਹ ਚੱਲੀ ਟਾਟਾ ਨੈਨੋ, ਤੇ ਆਹ ਚੱਲੀ ਬੱਸ ਖੰਨੇ ਦੇ ਵਿੱਚ ਦੀ ਜਾਊਗੀ ਇਹ ਮਰਿੰਡੇ ਨੂੰ, ਮਰਿੰਡੇ ਵਾਲੀ ਬੱਸ ਆ, ਕਿਆ ਬਾਤ ਹੈ, ਮਰਿੰਡੇ ਵਾਲੀ ਬੱਸ ਆ, ਅਤੇ ਮਰਿੰਡੇ ਨੂੰ ਚੱਲ ਪਈ ਆ ਇਹ। ਸਾਹਮਣੇ ਵਾਲੇ ਪਾਸੇ ਭਾਂਡਿਆਂ ਦੀ ਦੁਕਾਨ ਆ, ਮੈਡੀਕਲ ਸਟੋਰ ਆ ਗਿਆ, ਕੱਪੜੇ ਦੀਆਂ ਦੁਕਾਨਾਂ ਨੇ, ਇਹਦੇ ਬਾਅਦ ਚੱਪਲਾਂ ਦੀਆਂ ਦੁਕਾਨਾਂ ਨੇ, ਅਤੇ ਆਹ ਬੇਲਪੁਰੀ ਵਾਲਾ ਕੀ ਨਾਂ ਸੀ ਤੇਰਾ? ਬੜੀਆ, ਕਹਿੰਦਾ ਬਹੁਤ ਬੜੀਆ। ਮੈਂ ਕਿਹਾ ਨਾ ਕੀ ਸੀ? ਕਹਿੰਦਾ ਬਹੁਤ ਬੜੀਆ। ਸੋ ਬੜਾ ਵਧੀਆ ਲੱਗਿਆ ਜੀ ਇਹ ਗੱਲਾਂ ਬਾਤਾਂ ਕਰਕੇ। ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਪਰਿਵਾਰਾਂ ਨੂੰ, ਕਿਉਂਕਿ ਅੱਜ ਮੈਂ ਬ੍ਰੇਕ ਨਹੀਂ ਲਿਆ, ਅੱਜ ਚੱਲਣ ਦੇ ਜਿਵੇਂ ਪ੍ਰੋਗਰਾਮ ਚੱਲਦਾ, ਮੈਂ ਕਿਹਾ ਪਰਿਵਾਰ ਇੱਦਾਂ ਹੀ ਪਸੰਦ ਕਰਦੇ ਆ। ਕਿੱਦਾਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਮੈਨੂੰ ਕਾਲ ਕਰਕੇ, ਮੈਸੇਜ ਕਰਕੇ, ਈਮੇਲ ਕਰਕੇ ਦੱਸ ਸਕਦੇ ਹੋ ਜੀ। ਇਦਾਂ ਦੇ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਨੇ ਤਾਂ ਮੈਂ ਜ਼ਰੂਰ ਪੰਜਾਬ ਦੇ ਵਿੱਚ ਹੋਰ ਵੱਧ ਗੇੜੇ ਲਾਊਂਗਾ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੱਦਾਂ ਹੀ ਦਿਖਾਉਂਦਾ ਰਹੂੰ। ਇੱਕ ਵਾਰੀ ਮੈਸੇਜ ਕਾਲ ਜ਼ਰੂਰ ਕਰ ਦਿਓ ਜੀ, ਮੈਂ ਜਾਂਦਾ ਜਾਂਦਾ ਇੱਕ ਵਾਰੀ ਫਿਰ ਦੱਸਦਾ। ਅਸੀਂ ਅੱਜ ਪਹੁੰਚੇ ਹੋਏ ਸੀਗੇ ਲੁਧਿਆਣੇ ਜ਼ਿਲ੍ਹੇ ਦਾ ਕਸਬਾ ਮਲੌਦ, ਰਾੜਾ ਸਾਹਿਬ ਦੇ ਨੇੜੇ ਆ ਜੀ, ਕੁੱਪ ਕਲਾਂ ਜਰਗ, ਜਿਹੜੇ ਤੁਸੀਂ ਆਹ ਏਰੀਏ ਦੇ ਲੋਕ ਹੈਗੇ ਆ ਜੀ, ਆਹ ਏਰੀਏ ਦੇ ਪਰਿਵਾਰ ਹੈਗੇ ਆ, ਉਹ ਜਾਣਦੇ ਹੋਣਗੇ ਜੀ। ਇੱਧਰਲੇ ਪਾਸੇ ਕੰਬਲ ਵੀ ਪਏ ਨੇ, ਸਿਆਲਾਂ ਦਾ ਟਾਈਮ ਆ ਗਿਆ, ਇੱਕ ਵਾਰੀ ਕੰਬਲਾਂ ਦਾ ਵੀ ਢੇਰ ਬੜਾ ਲੱਗਿਆ ਪਿਆ ਜੀ, ਅਤੇ ਹੁਣ ਆ ਗਿਆ ਸਿਆਲਾਂ ਦਾ ਟਾਈਮ, ਅਤੇ ਇੱਥੇ ਕਹਿੰਦੇ ਢੇਰ ਸਾਰੇ ਕੰਬਲ, ਅਤੇ ਤੁਸੀਂ ਇਹ ਵੀ ਲਿਜਾ ਸਕਦੇ ਹੋ। ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਇਸ ਟਾਈਮ ਦੇਖ ਰਹੇ ਹੋ ਚੜ੍ਹਦੀ ਕਲਾ 'ਚ ਰੱਖੇ, ਅਤੇ ਆਹ ਦੇਖ ਸਕਦੇ ਹੋ ਤੁਸੀਂ, ਬੁਲਟ ਮੇਰੇ ਕੋਲ ਆ ਕੇ ਖੜ੍ਹ ਗਿਆ ਜੀ, ਰੋਇਲ ਐਨਫੀਲਡ। ਮੈਂ ਕੀ ਕਰਾਂ, ਮੈਂ ਸਤਿ ਸ਼੍ਰੀ ਅਕਾਲ ਬੁਲਾਉਣ ਨੂੰ ਜੀਤਾ ਕਰਦਾ, ਪਰ ਜਾਣ ਨੂੰ ਦਿਲ ਹੀ ਨਹੀਂ ਕਰਦਾ। ਮੈਂ ਕਰਾਂਗੀ ਕਿਉਂਕਿ ਮੇਰਾ ਸ਼ਹਿਰ ਆ, ਇੱਥੇ ਹੀ ਜੰਮਿਆ ਪਲਿਆ, ਇੱਥੇ ਹੀ ਕਹਿੰਦੇ ਨੇ ਵੀ ਉਮਰ ਲੰਘਾਈ ਆ, ਇੱਥੇ ਹੀ ਜਵਾਨੀਆਂ ਮਾਣੀਆਂ ਨੇ, ਇੱਥੇ ਹੀ ਬਚਪਨ ਲੰਘਾਇਆ, ਅਤੇ ਹੁਣ ਵੀ ਇੱਥੇ ਹੀ ਆ, ਰਹਿਣਾ ਵੀ ਇੱਥੇ ਹੀ ਆ, ਅਤੇ ਜਿਉਂਦੇ ਰਹੋ ਜੀ, ਪਰਮਾਤਮਾ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ।
140 रुपये किलो, ये जोधपुर वाली आ गई 140। आज आज राजस्थान की मिठी मूंगफली 140 रुपये किलो, आज 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 140 रुपये किलो, ले जाओ चाहे पाइया चाहे किलो 140।